ਪ੍ਰਾਈਮ ਟਾਈਮ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਵਧਵਾ। ਧਰਨਿਆਂ ਦੀ ਧਰਤੀ ਪੰਜਾਬ, ਪੰਜ ਆਬ, ਪੰਜ ਦਰਿਆਵਾਂ ਦੀ ਧਰਤੀ। ਪੰਜਾਬ ਵੰਡਿਆ ਗਿਆ, ਦਰਿਆਵਾਂ ਵੰਡੀਆਂ ਗਈਆਂ। ਹੁਣ ਇਹ ਪੰਜਾਬ ਦਰਿਆਵਾਂ ਦੀ ਧਰਤੀ ਨਾ ਹੋ ਕੇ ਜੇ ਪਿਛਲੇ ਇੱਕ ਸਾਲ ਤੋਂ ਵੇਖੀਏ ਤਾਂ ਧਰਨਿਆਂ ਦੀ ਧਰਤੀ ਜ਼ਿਆਦਾ ਜਾਪਦਾ। ਉਹਦੇ ਪਿੱਛੇ ਦੀ ਵਜ੍ਹਾ ਕੀ ਹੈ? ਇਹ ਧਰਨੇ ਹੋ ਕਿਉਂ ਰਹੇ ਨੇ? ਔਰ ਸਭ ਤੋਂ ਵੱਡੀ ਗੱਲ, ਜੇ ਮੁਲਾਜ਼ਮ ਭਾਵੇਂ ਕਿਸੇ ਵੀ ਮਹਿਕਮੇ ਦੇ ਹੋਣ, ਸੰਘਰਸ਼ ਕਰ ਰਹੇ ਨੇ, ਸੜਕਾਂ 'ਤੇ ਉਤਰੇ ਨੇ, ਆਪਣੇ ਹੱਕ ਦੀ ਗੱਲ ਕਰ ਰਹੇ ਨੇ, ਅਤੇ ਆਖਿਰਕਾਰ ਉਹਨਾਂ 'ਤੇ ਡਾਂਗਾ ਕਿਉਂ ਚਲਾਈਆਂ ਜਾਂਦੀਆਂ ਨੇ? ਜਦੋਂ ਬੱਚਾ ਛੋਟਾ ਹੁੰਦਾ ਉਹਨੂੰ ਜਦੋਂ ਭੁੱਖ ਲੱਗਦੀ ਹੈ ਉਹ ਰੋਂਦਾ, ਔਰ ਜਦੋਂ ਉਹ ਰੋਂਦਾ ਤਾਂ ਮਾਂ ਉਹਨੂੰ ਖਾਣ ਪੀਣ ਨੂੰ ਦਿੰਦੀ ਹੈ। ਅੱਜ ਉਹੀ ਮੁਲਾਜ਼ਮ ਜਿਹੜੇ ਸਰਕਾਰ ਦੇ ਬੱਚੇ ਨੇ ਉਹ ਸੜਕਾਂ 'ਤੇ ਬੈਠੇ ਨੇ, ਪਿਛਲੇ ਲੰਬੇ ਸਮੇਂ ਤੋਂ ਧਰਨੇ ਦੇ ਰਹੇ ਨੇ, ਮੁਜ਼ਾਹਰੇ ਕਰ ਰਹੇ ਨੇ, ਵਿਰੋਧ ਜ਼ਾਹਰ ਕਰ ਰਹੇ ਨੇ, ਯਾਨੀ ਕਿ ਉਹ ਰੋ ਰਹੇ ਨੇ। ਉਹਨਾਂ ਨੂੰ ਕੁਝ ਚਾਹੀਦਾ, ਪਰ ਉਹਨਾਂ ਦੀ ਮਾਂ ਯਾਨੀ ਕਿ ਇਹ ਕਹੀਏ ਕਿ ਸਰਕਾਰ ਆਖਿਰਕਾਰ ਉਹਨਾਂ ਦਾ ਢਿੱਡ ਕਿਉਂ ਨਹੀਂ ਭਰ ਰਹੀ, ਕਿਉਂ ਉਸ ਵੱਲ ਧਿਆਨ ਨਹੀਂ ਦੇ ਰਹੀ? ਸਭ ਤੋਂ ਵੱਡਾ ਅਤੇ ਅਹਿਮ ਸਵਾਲ, ਔਰ ਇਹ ਸਵਾਲ ਇਸ ਕਰਕੇ ਹੋਰ ਜ਼ਿਆਦਾ ਵੱਡਾ ਹੋ ਗਿਆ ਕਿ ਕੱਲ੍ਹ ਜਿਹੜੀਆਂ ਤਸਵੀਰਾਂ ਪਟਿਆਲੇ ਤੋਂ ਸਾਹਮਣੇ ਆਈਆਂ ਉਹਨਾਂ ਤਸਵੀਰਾਂ ਨੇ ਇੱਕ ਵਾਰ ਫਿਰ ਤੋਂ ਸੋਚਣ ਨੂੰ ਮਜਬੂਰ ਕਰ ਦਿੱਤਾ ਕਿ ਆਖਿਰਕਾਰ 2 ਸਾਲ ਦੇ ਵਿੱਚ ਇਸ ਸਰਕਾਰ ਤੋਂ ਇੰਨੀ ਨਾਰਾਜ਼ਗੀ ਕਿਉਂ ਨਿਕਲ ਕੇ ਸਾਹਮਣੇ ਆ ਰਹੀ ਹੈ? ਮਹਿਜ਼ 2 ਸਾਲਾਂ ਦੀ ਸਰਕਾਰ ਹੈ, ਅਜੇ 2 ਸਾਲ ਵੀ ਪੂਰੇ ਨਹੀਂ ਹੋਏ, ਅਤੇ ਮੁਲਾਜ਼ਮ ਵਰਗ ਦੀ ਇੰਨੀ ਵੱਡੀ ਨਾਰਾਜ਼ਗੀ ਸਰਕਾਰ ਤੋਂ। ਇਹ ਤਸਵੀਰਾਂ ਕੱਲ੍ਹ ਦੀਆਂ ਨੇ ਜਦੋਂ ਪਟਿਆਲਾ ਵਿਖੇ ਟੀਚਰ ਜਿਹੜੇ ਸੀ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕਰ ਰਹੇ ਸੀ, ਉਸੇ ਦਰਮਿਆਨ ਪੁਲਿਸ ਨੇ ਲਾਠੀ ਚਾਰਜ ਕਰਤਾ। ਹਾਲਾਂਕਿ ਸਰਕਾਰ ਦੇ ਆਪ ਦੇ MLA ਵੀ ਕਹਿ ਰਹੇ ਨੇ ਕਿ ਲਾਠੀ ਚਾਰਜ ਨਹੀਂ ਕਰਨਾ ਚਾਹੀਦਾ ਸੀ। ਜੇ ਗੱਲ ਕਰੀਏ ਕਾਕਾ ਰਣਦੀਪ ਸਿੰਘ ਨਾਭਾ ਦੀ, ਤਾਂ ਉਹਨਾਂ ਵੱਲੋਂ ਵੀ ਇੱਕ ਬਿਆਨ ਅੱਜ ਜਾਰੀ ਕੀਤਾ ਗਿਆ, ਜਦੋਂ ਸਵਾਲ ਉਹਨਾਂ ਤੋਂ ਪੁੱਛਿਆ ਗਿਆ ਕਿ ਟੀਚਰਾਂ ਦੇ ਨਾਲ ਜੋ ਕੁਛ ਹੋਇਆ, ਤਾਂ ਆਪ ਸਰਕਾਰ ਦੇ MLA ਮੰਨ ਰਹੇ ਨੇ ਕਿ ਇਸ ਤਰੀਕੇ ਦਾ ਵਤੀਰਾ ਨਹੀਂ ਕਰਨਾ ਚਾਹੀਦਾ ਸੀ। ਕਿਹੜੀ ਮਜਬੂਰੀ ਸੀ ਕਿ ਉੱਥੇ ਲਾਠੀ ਚਾਰਜ ਕਰਨਾ ਪਿਆ? ਇੱਕ ਵਾਰੀ ਉਹ ਬਿਆਨ ਵੀ ਤੁਹਾਨੂੰ ਸੁਣਵਾ ਕੇ ਫਿਰ ਚਰਚਾ 'ਤੇ ਆਵਾਂਗੇ, ਔਰ ਕੁਛ ਹੋਰ ਤਸਵੀਰਾਂ ਵੀ ਵਿਖਾਵਾਂਗੇ, ਕੁਛ ਸਵਾਲ ਵੀ ਚੱਕਾਂਗੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਸਾਡੇ ਪਰਿਵਾਰ ਨੇ ਜੋ ਕਿ ਅੱਜ ਤੱਕ ਕੀਤਾ, ਔਰ ਮੇਰਾ ਖਿਆਲ ਹਰ ਕਾਰਜਕਰਤਾ ਦਾ, ਹਰ ਕਾਂਗਰਸਮੈਨ ਦਾ ਹੱਕ ਹੈ, ਅਧਿਕਾਰ ਹੈ ਜਮਹੂਰੀਅਤ 'ਚ ਕਿ ਆਪਣੀ ਪੇਸ਼ਕਸ਼ ਰੱਖ ਸਕੇ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੇ। ਔਰ ਮੈਂ ਆਪਣੇ ਪਰਿਵਾਰ ਦੀ ਕੁਰਬਾਨੀ ਨੂੰ ਮੁਖੀ ਦੇਖਦੇ ਹੋਏ ਔਰ ਪਰਿਵਾਰ ਦੀ ਕਾਂਗਰਸ ਪਾਰਟੀ ਨਾਲ ਸੇਵਾ ਨੂੰ ਮੁਖੀ ਦੇਖਦੇ ਹੋਏ, ਮੈਂ ਵਾਅਦਾ ਕੀਤਾ ਸੀ ਕਿ ਅਸੀਂ ਉਰੋਂ ਤੋਂ ਚੁਣਾਵ ਪਾਰਲੀਮੈਂਟ ਦੀ ਟਿਕਟ ਮੰਗਾਂਗੇ, ਔਰ ਬਕਾਇਦਾ ਮੈਂ ਟਿਕਟ ਲਈ ਅਪਲਾਈ ਕੀਤਾ। ਚੰਡੀਗੜ੍ਹ ਕੈਪਟਨ ਸੰਦੀਪ ਸੰਧੂ ਜਿਹੜੇ OST ਹਨਗੇ ਉਹਨਾਂ ਕੋਲ ਜਾ ਕੇ ਅਸੀਂ ਪਾਰਲੀਮੈਂਟ ਲਈ ਟਿਕਟ ਦੀ ਮੰਗ ਕੀਤੀ ਹੈ, ਕਿਉਂਕਿ ਕੈਪਟਨ ਸਾਹਿਬ ਨੇ ਬਕਾਇਦਾ ਬਿਆਨ ਕੀਤਾ ਸੀ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਦਿੱਤੀ ਜਾਵੇ, ਔਰ ਉਸਨੂੰ ਮੁਖੀ ਰੱਖਦੇ ਹੋਏ ਇਹ ਕਾਂਗਰਸ ਪਾਰਟੀ ਦੀ ਨੀਤੀ ਹੈ, ਔਰ ਰਾਹੁਲ ਜੀ ਨੂੰ ਮੈਂ ਬੇਨਤੀ ਕੀਤੀ ਹੈ ਔਰ ਸਾਡੇ ਜਿਹੜੇ ਪ੍ਰਭਾਰੀ ਹਨ ਆਸ਼ਾ ਕੁਮਾਰੀ ਜੀ, ਹਰੀਸ਼ ਜੀ, ਉਹਨਾਂ ਨੂੰ ਵੀ ਗੁਜ਼ਾਰਿਸ਼ ਕੀਤੀ ਹੈ, ਔਰ ਜੋ ਫੈਸਲਾ ਸ਼੍ਰੀ ਰਾਹੁਲ ਗਾਂਧੀ ਜੀ ਕਰਨਗੇ ਉਹਦਾ ਅਸੀਂ ਸਮਾਨ ਕਰ। ਮੇਰਾ ਖਿਆਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਿਹੜਾ ਬਿਆਨ ਹੈ ਉਹ ਟਿਕਟ ਨੂੰ ਲੈ ਕੇ, ਪਰ ਅੱਜ ਇਹਨਾਂ ਨੇ ਸਿੱਧੇ ਤੌਰ 'ਤੇ ਇਹ ਵੀ ਕਿਹਾ ਕਿ ਆਖਿਰਕਾਰ ਕਿਹੜੀ ਮਜਬੂਰੀ ਰਹੀ ਕਿ ਸਰਕਾਰ ਨੂੰ ਉੱਥੇ ਲਾਠੀ ਚਾਰਜ ਕਰਾਉਣਾ ਪਿਆ। ਤਸਵੀਰਾਂ ਇੱਕ ਵਾਰ ਫਿਰ ਤੋਂ ਪਟਿਆਲੇ ਦੀਆਂ ਵਿਖਾਉਂਦੇ ਹਾਂ। ਪਟਿਆਲੇ ਵਿੱਚ ਕੱਲ੍ਹ ਜੋ ਕੁਛ ਹੋਇਆ ਉਹ ਤਸਵੀਰਾਂ ਵੇਖਣ ਤੋਂ ਬਾਅਦ ਇੱਕ ਸਵਾਲ ਬੜਾ ਲਾਜ਼ਮੀ ਜਿਹਾ ਹੈ ਕਿ ਪੰਜਾਬ ਵਾਕਈ ਧਰਨਿਆਂ ਦੀ ਧਰਤੀ ਬਣਦਾ ਜਾ ਰਿਹਾ, ਔਰ ਉਸ ਤੋਂ ਵੀ ਵੱਡਾ ਸਵਾਲ ਕਿ ਧਰਨੇ ਆਖਿਰਕਾਰ ਹੋ ਕਿਉਂ ਰਹੇ ਨੇ? ਕੁਛ ਸਵਾਲ ਨੇ, ਇੱਕ ਵਾਰੀ ਉਹਨਾਂ ਸਵਾਲਾਂ 'ਤੇ ਵੀ ਨਜ਼ਰ ਪਾਉਂਦੇ ਹਾਂ। ਕਿਉਂ ਅਧਿਆਪਕਾਂ ਦੇ ਧਰਨੇ ਦਾ ਹੱਲ ਨਹੀਂ ਨਿਕਲ ਰਿਹਾ, ਯਾਨੀ ਕਿ ਸਿੱਧੇ ਤੌਰ 'ਤੇ ਹੱਲ ਤਾਂ ਨਿਕਲੇਗਾ ਜਦੋਂ ਮੰਗਾਂ ਮੰਨੀਆਂ ਜਾਣਗੀਆਂ? ਕਿਉਂ ਸਰਕਾਰ ਮੰਗਾਂ ਨਹੀਂ ਮੰਨ ਰਹੀ? ਕਿਉਂ ਕਿਸਾਨਾਂ ਨੂੰ ਮੰਗਾਂ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ? ਪਿਛਲੇ ਦਿਨ ਅਸੀਂ ਵੇਖਿਆ ਚੰਡੀਗੜ੍ਹ ਡੇਰਾ ਪਾਈ ਰੱਖਿਆ ਕਿਸਾਨਾਂ ਨੇ, ਔਰ ਥਾਂ ਥਾਂ 'ਤੇ ਮੁਜ਼ਾਹਰੇ ਕੀਤੇ ਜਾਂਦੇ ਨੇ। ਕਿਉਂ ਨਰਸਾਂ ਵੀ ਟੈਂਕੀ 'ਤੇ ਚੜ੍ਹਨ ਨੂੰ ਮਜਬੂਰ ਨੇ? ਪਟਿਆਲੇ ਜਾ ਕੇ ਵੇਖੋ, ਰਜਿੰਦਰਾ ਹਸਪਤਾਲ ਨਰਸਾਂ ਅਜੇ ਵੀ ਟੈਂਕੀ 'ਤੇ ਚੜ੍ਹੀਆਂ ਹੋਈਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਕਿਉਂ ਸੱਤਵੇਂ ਪੇ ਕਮਿਸ਼ਨ ਨੂੰ ਅਜੇ ਤੱਕ ਲਾਗੂ ਨਹੀਂ ਕਰ ਰਹੀ ਸਰਕਾਰ? ਜੇ ਸਕੱਤਰੇਤ ਦੇ ਮੁਲਾਜ਼ਮਾਂ ਦੀ ਗੱਲ ਕਰੀਏ, ਉਹ ਵੀ ਲਗਾਤਾਰ 7th ਪੇ ਕਮਿਸ਼ਨ ਨੂੰ ਲੈ ਕੇ ਆਪਣਾ ਰੋਸ਼ ਇਜ਼ਹਾਰ ਕਰ ਰਹੇ ਨੇ। ਕਿਉਂ ਸਰਕਾਰ ਦੀ ਨੀਤੀ ਅਤੇ ਨੀਅਤ 'ਤੇ ਹਮੇਸ਼ਾ ਸਵਾਲ ਚੁੱਕੇ ਜਾ ਰਹੇ ਨੇ? ਔਰ ਉਸ ਤੋਂ ਵੀ ਵੱਡਾ ਸਵਾਲ, ਕਿਉਂ 2 ਸਾਲਾਂ ਦੇ ਵਿੱਚ ਹੀ ਹਰ ਵਰਗ ਇਸ ਸਰਕਾਰ ਤੋਂ ਨਿਰਾਸ਼ ਹੋ ਗਿਆ?
ਸੜਕਾਂ ਤੇ ਮਸਲੇ ਤੇ ਵੀ ਮੰਗ ਨਹੀਂ ਪੂਰੀ ਹੋ ਰਹੀ, ਸੜਕਾਂ ਤੇ ਕਿਸਾਨ ਉਤਰ ਰਹੇ ਨੇ, ਨਰਸਾਂ ਟੈਂਕੀ ਤੇ ਚੜੀਆਂ ਹੋਈਆਂ ਨੇ, ਅਧਿਆਪਕ ਕਦੇ ਡਾਂਗਾ ਖਾਂਦੇ ਨੇ, ਕਦੇ ਪਾਣੀ ਦੀਆਂ ਬੁਛਾੜਾਂ ਉਹਨਾਂ ਤੇ ਕੀਤੀਆਂ ਜਾਂਦੀਆਂ ਨੇ, ਮੁਲਾਕਾਤਾਂ ਲਈ ਬੁਲਾਇਆ ਜਾਂਦਾ ਚੰਡੀਗੜ੍ਹ ਪਰ ਮੁਲਾਕਾਤਾਂ ਨਹੀਂ ਹੁੰਦੀਆਂ। ਸਾਰਾ ਕੁਛ ਉਹ ਕਿਉਂ ਰਿਹਾ, ਕਿਉਂ ਸਰਕਾਰ ਦੀ ਨੀਤੀ ਅਤੇ ਨੀਅਤ 'ਤੇ ਸਵਾਲ ਚੁੱਕੇ ਜਾ ਰਹੇ ਨੇ। ਮਹਿਜ਼ 2 ਸਾਲਾਂ ਦੀ ਸਰਕਾਰ ਚੁੱਕੀ ਹੈ, ਸਭ ਤੋਂ ਵੱਡਾ ਸਵਾਲ ਹੈ। 2 ਸਾਲ ਅਜੇ ਹੋਏ ਨਹੀਂ, ਪਰ ਇਹਨਾਂ 2 ਸਾਲਾਂ ਦੇ ਵਿੱਚ ਆਖਿਰਕਾਰ ਹਰ ਵਰਗ ਸਰਕਾਰ ਤੋਂ ਨਿਰਾਸ਼ ਕਿਉਂ ਨਜ਼ਰ ਆ ਰਿਹਾ? ਔਰ ਜਿਹੜੀ ਗੱਲ ਪਹਿਲਾਂ ਵੀ ਕਹੀ ਸੀ ਕਿ ਜੇ ਇੱਕ ਬੱਚੇ ਨੂੰ ਭੁੱਖ ਲੱਗੀ ਹੈ ਤਾਂ ਮਾਂ ਨੇ ਉਹਦਾ ਢਿੱਡ ਭਰਨਾ, ਪਰ ਇਹ ਮਾਂ ਜਿਹੜੀ ਸਰਕਾਰ ਹੈ ਉਹ ਆਖਿਰਕਾਰ ਇਹਨਾਂ ਮੁਲਾਜ਼ਮਾਂ ਦੇ ਵੱਲ ਧਿਆਨ ਕਿਉਂ ਨਹੀਂ ਦੇ ਰਹੀ? ਜੇ ਬੱਚਾ ਰੋਂਦਾ ਹੈ ਤਾਂ ਉਹਨੂੰ ਖਾਣ ਪੀਣ ਦਾ ਦੇਣ ਦੀ ਜ਼ਿੰਮੇਵਾਰੀ ਇੱਕ ਮਾਂ ਦੀ ਹੈ, ਉਹ ਮਾਂ ਦੇ ਕਿਉਂ ਨਹੀਂ ਰਹੀ? ਕਿ ਉਸ ਮਾਂ ਕੋਲ ਨਹੀਂ ਹੈਗਾ? ਜਾਂ ਇੱਕ ਸਭ ਤੋਂ ਵੱਡਾ ਅਤੇ ਅਹਿਮ ਸਵਾਲ, ਨੀਅਤ ਦੇ ਵਿੱਚ ਕੁਛ ਫਰਕ ਹੈਗਾ। ਸੱਤਵਾਂ ਪੇ ਕਮਿਸ਼ਨ ਲਗਾਤਾਰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਉਹ ਲਾਗੂ ਨਹੀਂ ਕੀਤਾ ਗਿਆ, ਜਿਸ ਕਰਕੇ ਪਿਛਲੇ ਦਿਨ ਅਸੀਂ ਵੇਖਿਆ ਕਿ ਕਲਮ ਛੱਡ ਹੜਤਾਲ, ਜਿਹੜੀ ਕਿ ਪੈਨ ਡਾਊਨ ਸਟ੍ਰਾਈਕ ਜਿਹਨੂੰ ਕਿਹਾ ਜਾਂਦਾ, ਉਹ ਮੁਲਾਜ਼ਮਾਂ ਵੱਲੋਂ ਸੈਕਟਰੀਏਟ 'ਚ ਕੀਤੀ ਗਈ। ਪੰਜਾਬ ਸੈਕਟਰੀਏਟ, ਮਿੰਨੀ ਸੈਕਟਰੀਏਟ, ਸਾਰੇ ਮੁਲਾਜ਼ਮਾਂ ਨੇ ਉਹ ਸਟ੍ਰਾਈਕ ਕੀਤੀ। ਸੋ ਸਵਾਲ ਹੈ ਵੱਡਾ ਕਿ ਆਖਿਰਕਾਰ ਹਰ ਵਰਗ ਸਰਕਾਰ ਤੋਂ ਨਿਰਾਸ਼ ਕਿਉਂ ਹੈਗਾ? ਸੋ ਤਸਵੀਰਾਂ ਇੱਕ ਵਾਰ ਫਿਰ ਤੋਂ ਪਟਿਆਲੇ ਦੀ ਤੁਹਾਨੂੰ ਵਿਖਾ ਦਿੰਦੇ ਹਾਂ। ਇਹ ਤਸਵੀਰਾਂ ਕੱਲ੍ਹ ਦੀਆਂ ਨੇ, ਪਰ ਅੱਜ ਵੀ ਹਾਲਾਤ ਕੁਛ ਜ਼ਿਆਦਾ ਬਦਲੇ ਨਹੀਂ ਹੈਗੇ। ਨਾਰਾਜ਼ਗੀ, ਰੋਸ਼, ਗੁੱਸਾ ਅਜੇ ਵੀ ਅਧਿਆਪਕਾਂ ਦੇ ਵਿੱਚ ਨਾ ਤਾਂ ਪੱਕਾ ਕੀਤਾ ਜਾ ਰਿਹਾ ਅਤੇ ਨਾ ਹੀ ਤਨਖਾਹਾਂ ਨੂੰ ਲੈ ਕੇ ਕੋਈ ਹੱਲ ਕੱਢਿਆ ਜਾ ਰਿਹਾ। ਸਗੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਪੁਲਿਸ ਕਿਵੇਂ ਡਾਂਗਾ ਫੇਰਦੀ, ਉਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਪਾਣੀ ਦੀਆਂ ਬੁਛਾੜਾਂ ਹੁੰਦੀਆਂ ਨੇ, ਪਰ ਸਵਾਲ ਵੱਡਾ ਹੈ ਕਿ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ? ਕਿਉਂ ਵਾਰ ਵਾਰ ਲਾਰੇ? ਹੁਣ 24 ਔਰ 28 ਤਰੀਕ ਦਾ ਵੀ ਇੱਕ ਲਾਰਾ ਅਸੀਂ ਕਹਿ ਸਕਦੇ ਹਾਂ ਮਿਲਿਆ ਹੋਇਆ। ਪਹਿਲਾਂ ਵੀ ਮੁਲਾਕਾਤ ਦੇ ਲਾਰੇ ਕਈ ਮਿਲੇ, ਪਰ ਉਹ ਲਾਰੇ ਹੀ ਰਹੇ, ਉਹ ਵਾਅਦੇ ਕਦੇ ਪੂਰੇ ਨਹੀਂ ਹੋਏ। ਸਰਕਾਰ ਆਖਿਰਕਾਰ ਇਹਨਾਂ ਮੰਗਾਂ 'ਤੇ ਧਿਆਨ ਕਿਉਂ ਨਹੀਂ ਦੇ ਰਹੀ? ਕਿਸਾਨ ਸੜਕਾਂ 'ਤੇ, ਮੁਲਾਜ਼ਮ ਸੜਕਾਂ 'ਤੇ, ਟੀਚਰ ਸੜਕਾਂ 'ਤੇ, ਫਿਰ ਆਖਿਰਕਾਰ ਪੰਜਾਬ 'ਚ ਹੋ ਕੀ ਰਿਹਾ? ਕਿਉਂ ਹਰ ਵਰਗ ਮਹਿਜ਼ 2 ਸਾਲਾਂ ਦੇ ਵਿੱਚ ਇਸ ਸਰਕਾਰ ਤੋਂ ਨਿਰਾਸ਼ ਹੋ ਗਿਆ? ਸੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਇਹ ਵੀ ਪਟਿਆਲੇ ਦੀਆਂ ਨੇ, ਜਿੱਥੇ ਨਰਸਾਂ ਜਿਹੜੀਆਂ ਨੇ ਉਹ ਧਰਨੇ 'ਤੇ ਬੈਠੀਆਂ ਨੇ, ਕੁਛ ਨਰਸਾਂ ਟੈਂਕੀ 'ਤੇ ਚੜੀਆਂ ਹੋਈਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਮੰਗ ਉਹੀ ਪੱਕੇ ਕਰਨ ਦੀ। ਸਰਕਾਰ ਆਖਿਰਕਾਰ ਪੱਕਾ ਕਿਉਂ ਨਹੀਂ ਕਰ ਰਹੀ? ਜੇ ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ ਦੀ ਸਰਕਾਰ 77 ਸੀਟਾਂ ਦੇ ਨਾਲ ਪੱਕੀ ਕੀਤੀ, ਤਾਂ ਆਖਿਰਕਾਰ ਇਹ ਮੁਲਾਜ਼ਮ ਪੱਕੇ ਕਿਉਂ ਨਹੀਂ ਹੋ ਰਹੇ? ਸਭ ਤੋਂ ਵੱਡਾ ਅਤੇ ਅਹਿਮ ਸਵਾਲ। ਸੋ ਅਧਿਆਪਕਾਂ ਦਾ ਪ੍ਰਦਰਸ਼ਨ, ਨਰਸਾਂ ਦਾ ਧਰਨਾ, ਕਿਸਾਨਾਂ ਦਾ ਸੰਘਰਸ਼ ਲਗਾਤਾਰ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਕੁਛ ਸਵਾਲ ਨੇ, ਇੱਕ ਵਾਰੀ ਫਿਰ ਤੋਂ ਸਵਾਲ ਪਾ ਕੇ ਸਿੱਧੇ ਚਰਚਾ 'ਤੇ ਚੱਲਾਂਗੇ। ਇੱਕ ਵਾਰੀ ਸਵਾਲਾਂ 'ਤੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਂਦੇ ਹਾਂ ਕਿ ਕਿਉਂ ਅਧਿਆਪਕਾਂ ਦੇ ਧਰਨੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ? ਇਸ ਤੋਂ ਵੀ ਵੱਡਾ ਸਵਾਲ, ਕਿਉਂ ਕਿਸਾਨਾਂ ਨੂੰ ਮੰਗਾਂ ਲਈ ਸੜਕਾਂ 'ਤੇ ਵਾਰ ਵਾਰ ਉਤਰਨਾ ਪੈ ਰਿਹਾ ਹੈ? ਕਿਉਂ ਨਰਸਾਂ ਵੀ ਟੈਂਕੀ 'ਤੇ ਚੜ੍ਹਨ ਨੂੰ ਮਜਬੂਰ ਨੇ? ਮਮਟੀ 'ਤੇ ਚੜ੍ਹ ਰਹੀਆਂ, ਟੈਂਕੀ 'ਤੇ ਚੜ੍ਹ ਰਹੀਆਂ, ਆਖਿਰਕਾਰ ਉਹਦੇ ਪਿੱਛੇ ਦੀ ਵਜ੍ਹਾ ਕੀ ਕੁਛ ਹੈ? ਕਿਉਂ 7ਵੇਂ ਪੇ ਕਮਿਸ਼ਨ ਨੂੰ ਅਜੇ ਤੱਕ ਸਰਕਾਰ ਲਾਗੂ ਨਹੀਂ ਕਰ ਰਹੀ ਹੈ? ਸੋ ਇਹਨਾਂ ਸਾਰੇ ਮਸਲਿਆਂ 'ਤੇ ਚਰਚਾ ਕਰਾਂਗੇ, ਜਿਹੜੇ ਖਾਸ ਮਹਿਮਾਨ ਜੁੜ ਚੁੱਕੇ ਨੇ ਸਿੱਧਾ ਉਹਨਾਂ ਕੋਲ ਚੱਲਣਾ। ਸਟੂਡੀਓ 'ਚ ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਸ਼ਨਪਾਲ ਸ਼ਰਮਾ ਜੀ, ਇਸ ਤੋਂ ਇਲਾਵਾ ਜਸਤੇਜ ਸਿੰਘ ਦੀ ਆਮ ਆਦਮੀ ਪਾਰਟੀ ਤੋਂ ਨੇ, ਹਰਦੀਪ ਸਿੰਘ ਟੋਡਰਪੁਰ ਜੀ ਸਾਡੇ ਨਾਲ, SSA ਰਮਸਾ ਦੇ ਸੂਬਾ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ, ਨਛੱਤਰ ਸਿੰਘ ਜੀ ਕਿਸਾਨ ਆਗੂ ਨੇ, ਜਗਦੇਵ ਕੌਲ ਸਾਹਿਬ, ਪਹਿਲਾਂ ਵੀ ਜਦੋਂ ਮਿੰਨੀ ਸਕੱਤਰੇ ਦੇ ਮੁਲਾਜ਼ਮਾਂ ਨੇ ਸਟ੍ਰਾਈਕ ਕੀਤੀ ਸੀ ਉਦੋਂ ਵੀ ਚਰਚਾ ਜੁੜੇ ਸੀ, ਅੱਜ ਇੱਕ ਵਾਰ ਫਿਰ ਤੋਂ ਕੌਲ ਸਾਹਿਬ ਸਾਡੇ ਨਾਲ ਜਿਹੜੇ ਨੇ ਇਸ ਚਰਚਾ ਦੇ ਵਿੱਚ ਜੁੜੇ ਨੇ, ਜਿਹੜੇ ਕਿ ਕਨਵੀਨਰ ਨੇ ਸਾਂਝਾ ਮੰਚ ਪੰਜਾਬ ਯੂਟੀ ਦੇ ਵੀ। ਖੈਰ, ਮੈਂ ਸਿੱਧਾ ਮਸਲੇ 'ਤੇ ਆਉਂਦਾ, ਕਿਉਂਕਿ ਸੱਦਾ ਅੱਜ ਕਾਂਗਰਸ ਪਾਰਟੀ ਨੂੰ ਵੀ ਦਿੱਤਾ ਗਿਆ ਸੀ ਇਸ ਚਰਚਾ 'ਚ ਸ਼ਾਮਿਲ ਹੋਣ ਦਾ, ਜਸਤੇਜ ਜੀ ਔਰ ਕਿਸ਼ਨਪਾਲ ਜੀ, ਪਰ ਜਾਂ ਤਾਂ ਉਹ ਸ਼ਾਇਦ ਇਸ ਚਰਚਾ 'ਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ, ਜਾਂ ਵਜ੍ਹਾ ਕੀ ਕੁਛ ਸਮਝ ਨਹੀਂ ਆਈ, ਚਾਹੁੰਦੇ ਸੀ ਉਹਨਾਂ ਦੀ ਕੁਰਸੀ ਛੱਡੀਏ, ਪਰ ਜਦੋਂ ਵਾਅਦੇ ਇਹਨਾਂ ਸਾਰਿਆਂ ਤੋਂ ਕੀਤੇ ਗਏ, ਉਹ ਵਾਅਦੇ ਪੂਰੇ ਨਹੀਂ ਹੋਏ, ਅਤੇ ਸਾਡੇ ਤੋਂ ਕਿਤੇ ਵਾਅਦੇ ਆਖਿਰਕਾਰ ਕਿਵੇਂ ਪੂਰੇ ਹੋਣਗੇ, ਉਹ ਵੀ ਚਰਚਾ 'ਚ ਸ਼ਾਮਿਲ ਹੋਣ ਦੇ। ਜਦੋਂ ਸਵਾਲ ਇਹ ਸੀ ਕਿ 2 ਸਾਲਾਂ 'ਚ ਆਖਿਰਕਾਰ ਹਰ ਵਰਗ ਤੋਂ ਹਰ ਵਰਗ ਜਿਹੜਾ ਨਾਰਾਜ਼ ਕਿਉਂ ਹੈ, ਕਿਸ਼ਨਪਾਲ ਜੀ, ਲੱਗਦਾ ਕਿ ਬਾਕੀ ਹਰ ਵਰਗ ਨਾਰਾਜ਼ ਹੋ ਗਿਆ, ਕੀ ਨਰਸਾਂ, ਕੀ ਅਧਿਆਪਕ, ਕੀ ਕਿਸਾਨ, ਕੀ ਮੁਲਾਜ਼ਮ, ਔਰ 2 ਸਾਲ ਅਜੇ ਹੋਏ ਨਹੀਂ ਸਰਕਾਰ ਨੂੰ? ਜੀ, ਇਹ
ਸ਼ਾਇਦ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਦਾ ਇੰਨੀ ਛੇਤੀ ਲੋਕਾਂ ਤੋਂ ਮੋਹ ਭੰਗ ਹੋ ਗਿਆ ਹੋਵੇ। ਕਾਰਨ ਉਹਦਾ ਇਹ ਹੈ ਵੀ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਇੱਕ ਵੈਲ ਪਲੈਨਡ ਸਾਜਿਸ਼ ਤਹਿਤ ਇੱਕ ਐਸਾ ਲੋਕਾਂ ਨੂੰ ਸੁਪਨੇ ਦਿਖਾਏ ਕਿ ਉਹਨਾਂ ਨੂੰ ਇਹ ਲੱਗਣ ਲੱਗਾ ਲੋਕਾਂ ਨੂੰ ਕਿ ਸਾਰੇ ਮਸਲਿਆਂ ਦਾ ਹੱਲ ਕਾਂਗਰਸ ਸਰਕਾਰ ਬਣਨ 'ਤੇ ਹੋ ਜਾਣਾ ਔਰ ਬੜੀ ਥੰਬਿੰਗ ਮਜੋਰਟੀ 77 ਸੀਟਾਂ ਕਾਂਗਰਸ ਨੂੰ ਦੇ ਕੇ ਲੋਕਾਂ ਨੇ ਸੱਤਾ 'ਤੇ ਬਿਠਾ ਤਾ। ਹੋਇਆ ਇਹ ਹੈ ਕਿ ਲੋਕਾਂ ਦਾ ਚਾਹੇ ਉਹ ਕਿਸਾਨ ਹੈ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਮੁਲਾਜ਼ਮ ਹੈ, ਕੋਈ ਵੀ ਵਰਗ ਹੈ, ਹਰ ਇੱਕ ਵਰਗ ਅੱਜ 2 ਸਾਲ ਦੇ ਬਾਅਦ ਇਹ ਮਹਿਸੂਸ ਕਰ ਰਿਹਾ ਕਿ ਉਹਨਾਂ ਨਾਲ ਬਹੁਤ ਤਕੜੀ ਠੱਗੀ ਵੱਜੀ ਹੈ। ਤੁਸੀਂ ਇਹ ਦੇਖੋ ਵੀ ਆਹ ਟੀਚਰ ਦਾ ਜੋ ਧਰਨਾ ਚੱਲ ਰਿਹਾ, ਇਸੇ ਧਰਨੇ 'ਤੇ ਜਾ ਕੇ ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਪਹਿਲੀ ਮੀਟਿੰਗ 'ਤੇ ਤੁਹਾਡੀ ਮੰਗਾਂ ਮੰਨੀਆਂ ਜਾਣਗੀਆਂ। ਉਹ ਮੰਗਾਂ ਮੰਨਣੀਆਂ ਦੂਰ ਦੀ ਗੱਲ ਹੈ, ਮੰਗਾਂ ਨੂੰ ਸੁਣਨ ਵਾਸਤੇ ਮੁੱਖ ਮੰਤਰੀ ਕੋਲ ਸਮਾਂ ਹੈ ਨਹੀਂ। ਇਹ ਤੁਸੀਂ ਦੇਖੋ ਵੀ ਨੌਨ ਸੀਰੀਅਸਨੈਸ ਦੇਖੋ। ਤੁਹਾਡੇ ਪ੍ਰਧਾਨ ਸਾਹਿਬ ਤਾਂ ਕਹਿ ਰਹੇ ਨੇ ਆਪਣੇ ਹਲਕੇ 'ਚ ਹੀ ਨਹੀਂ ਗਏ ਅੱਜ ਤੱਕ, ਮੈਂ ਉੱਥੋਂ ਦੇ ਪਿੰਡਾਂ ਦਾ ਦੌਰਾ ਹੀ ਨਹੀਂ ਕੀਤਾ। ਨਵਨੀਤ ਜੀ, ਦੌਰਾ ਬਹੁਤ ਦੂਰ ਦੀ ਗੱਲ ਹੈ, ਮੰਗਾਂ ਮੰਨਣੀਆਂ ਬਹੁਤ ਦੂਰ ਦੀ ਗੱਲ ਹੈ। ਤੁਸੀਂ ਸਰਕਾਰ ਦੀ ਨੌਨ ਸੀਰੀਅਸਨੈਸ ਦੇਖੋ। ਜਿਹੜੇ ਮੁਲਾਜ਼ਮ ਸੜਕਾਂ 'ਤੇ ਰੋਏ ਉਹਨਾਂ ਦੀ ਗੱਲ ਸੁਣਨ ਵਾਸਤੇ ਮੁੱਖ ਮੰਤਰੀ ਕੋਲ ਸਮਾਂ ਨਹੀਂ। ਔਰ ਮੁੱਖ ਮੰਤਰੀ ਨੇ 10 ਵਾਰ, ਇਹ 11ਵੀਂ ਵਾਰ ਮੇਰਾ ਖਿਆਲ ਹੈ, ਸਮਾਂ ਦਿੱਤਾ ਮੁੱਖ ਮੰਤਰੀ ਨੇ। ਔਰ ਮੈਂ ਸਮਝਦਾ ਹੁਣ ਫਿਰ ਉਹੀ ਫਰਾਡ ਹੈ, ਜਿਹੜਾ ਮੁੱਖ ਮੰਤਰੀ 10 ਵਾਰ ਵਾਅਦਾ ਕਰਕੇ ਮੁੱਕਰ ਗਿਆ ਹੋਵੇ। ਮੈਂ ਤੁਹਾਨੂੰ ਦੇਖੋ, ਸੁਣ ਤਾਂ ਲਓ ਉਹਨਾਂ ਨੂੰ, ਕਿੱਡਾ ਜ਼ੁਲਮ ਦੀ ਗੱਲ ਹੈ। ਤੁਸੀਂ ਮੰਗਾਂ ਮੰਨਣੀਆਂ ਤਾਂ ਕੀ ਹੈ, ਤੁਸੀਂ ਉਹਨਾਂ ਨੂੰ ਸੁਣਨ ਵਾਸਤੇ ਤੁਹਾਡੇ ਕੋਲ ਸਮਾਂ ਹੈ ਨਹੀਂ। ਜਿਸ ਰਾਜੇ ਕੋਲ ਪਰਜਾ ਦੀ ਮੰਗਾਂ ਸੁਣਨ ਦਾ ਸਮਾਂ ਹੈ ਨਹੀਂ, ਉਹਨੂੰ ਇਹ ਰਾਜਵਾੜਾ ਚਾਹੀਦੀ ਹੋਗੀ। ਤੁਸੀਂ ਲੋਕਾਂ ਨੂੰ, ਮੁਲਾਜ਼ਮਾਂ ਨੂੰ ਫੇਸ ਤਾਂ ਕਰੋ। ਤੁਸੀਂ ਉਹਨਾਂ ਨੂੰ ਪੁੱਛੋ ਤਾਂ ਸਹੀ ਤੁਹਾਡਾ ਦੁੱਖ ਦਰਦ ਕੀ ਹੈ, ਤੁਸੀਂ ਉਹਨਾਂ ਨੂੰ ਪੁੱਛੋ ਤਾਂ ਸਹੀ ਵੀ ਅਸੀਂ ਤੁਹਾਡੇ ਨਾਲ ਠੱਗੀ ਮਾਰੀ ਹੈ, ਅਸੀਂ ਤੁਹਾਡੇ ਨਾਲ ਧੋਖਾ ਕੀਤਾ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਅਸੀਂ ਨਹੀਂ ਪੂਰਾ ਕਰ ਸਕੇ, ਸਾਡੀ ਮਜਬੂਰੀ ਹੈ। ਜ਼ੁਲਮ ਇਸ ਗੱਲ ਦਾ ਕਿ ਮੁੱਖ ਮੰਤਰੀ ਕੋਲ ਮਿਲਣ ਦਾ ਸਮਾਂ ਹੈ ਨਹੀਂ। ਔਰ ਹਰ ਵਾਰ ਇਹ ਹੁੰਦਾ, ਮੁਲਾਜ਼ਮ ਧਰਨਾ ਦਿੰਦੇ ਆ, ਮੁਲਾਜ਼ਮ ਚੀਕਾਂ ਮਾਰ ਰਿਹਾ ਸੜਕ 'ਤੇ, ਭੁੱਖੇ ਤਿਆਏ ਉੱਥੇ ਬੈਠੇ ਆ, ਸੜਕਾਂ 'ਤੇ ਐਜੀਟੇਸ਼ਨ ਕਰ ਰਹੇ ਆ, ਔਰ ਹਰ ਵਾਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਜੀ ਮੀਟਿੰਗ ਕਰਾ ਦਾਂਗੇ ਮੁੱਖ ਮੰਤਰੀ ਨਾਲ। ਜ਼ੁਲਮ ਇਸ ਗੱਲ ਦਾ ਵੀ 10 ਵਾਰ ਹੋ ਗਿਆ ਤੁਹਾਡੀ ਝੂਠ ਬੋਲਿਆ ਨੂੰ। ਤੁਸੀਂ ਚੋਣ ਮੈਨੀਫੈਸਟੋ 'ਤੇ ਝੂਠ ਬੋਲਿਆ, ਤੁਸੀਂ ਪਬਲਿਕਲੀ ਝੂਠ ਬੋਲਿਆ, ਤੁਸੀਂ ਧਰਨਿਆਂ 'ਤੇ ਜਾ ਕੇ ਝੂਠ ਬੋਲਿਆ, ਤੁਸੀਂ ਹੁਣ ਫਿਰ ਸਰਕਾਰ ਬਣਨ ਤੋਂ ਬਾਅਦ ਤੁਸੀਂ ਇਸ ਗੱਲ 'ਤੇ ਝੂਠ ਬੋਲ ਰਹੇ ਹੋ ਵੀ ਮੁੱਖ ਮੰਤਰੀ ਕੋਲ ਮਿਲਣ ਦਾ ਸਮਾਂ ਹੈ ਨਹੀਂ। ਠੀਕ, ਮੁੱਖ ਮੰਤਰੀ ਮਿਲਣ ਵਾਸਤੇ ਤਿਆਰ ਨਹੀਂ ਮਿਲਾਜ਼ਮ ਨੂੰ। ਕਿਸ਼ਨ ਪਾਲ ਜੀ, ਮੈਂ ਟੋਡਰਪੁਰ ਜੀ ਵੀ ਤੁਹਾਡੇ ਨਾਲ ਬੈਠੇ ਨੇ, ਉਹਨਾਂ ਤੋਂ ਜਾਣ ਲੈਣਾ ਕਿੰਨੀ ਵਾਰੀ ਮੁਲਾਕਾਤ ਦਾ ਸਮਾਂ ਫਿਕਸ ਹੋਇਆ ਔਰ ਕਿੰਨੀ ਵਾਰੀ ਮੁਲਾਕਾਤ ਨਹੀਂ ਹੋਈ। ਖੈਰ, ਮੈਨੂੰ ਲੱਗਦਾ ਮੁਲਾਕਾਤ ਇੱਕ ਵਾਰ ਵੀ ਨਹੀਂ ਹੋਈ, ਵਜ੍ਹਾ ਕੀ ਕੁਛ ਰਹੀ ਜਾਂਦੀ ਹਰ ਵਾਰ? ਮਾਰਚ 2018 ਤੋਂ ਲੈ ਕੇ ਕੱਲ੍ਹ ਤੱਕ 11 ਵਾਰ ਮੁੱਖ ਮੰਤਰੀ ਨੇ ਮੀਟਿੰਗ ਦਿੱਤੀ, 11ਵੀਂ ਵਾਰ ਆ ਕੱਲ੍ਹ। ਇਸ ਤੋਂ ਪਹਿਲਾਂ 10 ਵਾਰ ਜਿਹੜੀ ਮੀਟਿੰਗ ਦਿੱਤੀ ਹੈ ਉਸਦੇ ਵਿੱਚੋਂ ਸਿਰਫ ਇੱਕ ਮੀਟਿੰਗ ਹੋਈ ਸੀ 27 ਅਪ੍ਰੈਲ 2018 ਨੂੰ। ਠੀਕ, ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਜੀ ਨੇ ਮੰਨਿਆ ਕਿ ਤੁਹਾਡੀਆਂ ਜਿੰਨੀਆਂ ਮੰਗਾਂ ਨੇ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਨੇ। ਉਹ ਉਹਨਾਂ ਦੀ ਮਜਬੂਰੀ ਵੀ ਸੀ ਮੰਨਣਾ, ਕਿਉਂਕਿ ਅਸੀਂ ਚੋਣ ਮੈਨੀਫੈਸਟੋ ਦੀ ਇਕੱਲੀ ਇਕੱਲੀ ਕਲੋਜ ਨਾਲ ਮੈਂਸ਼ਨ ਕੀਤੀ ਹੋਈ ਹੈ। ਠੀਕ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕਾਂਗਰਸ ਪਾਰਟੀ ਨੇ ਜੋ ਅਧਿਆਪਕਾਂ ਨਾਲ ਚੋਣਾਂ ਦੇ ਵਿੱਚ ਵਾਅਦੇ ਕੀਤੇ ਉਹਨਾਂ ਦਾ ਮੈਨੀਫੈਸਟੋ ਹੀ ਸਾਡਾ ਮੰਗ ਪੱਤਰ, ਇਸ ਕਰਕੇ ਉਹਨਾਂ ਨੇ ਮੰਨਿਆ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਆਖਿਆ ਕਿ ਸ਼ਾਹਕੋਟ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ, ਉਹ ਕੋਡ ਆਫ ਕੰਡਕਟ ਲੱਗ ਚੁੱਕਿਆ, ਅਸੀਂ ਤਾਂ ਨਹੀਂ ਅੱਜ ਮੰਗਾਂ ਮੰਨਣ ਦਾ ਐਲਾਨ ਕਰ ਦੇਣਾ ਸੀ, ਤੁਸੀਂ 27 ਅਪ੍ਰੈਲ ਤੋਂ ਬਾਅਦ ਹੁਣ 4 ਜੂਨ ਨੂੰ ਆਇਓ, ਕੋਡ ਆਫ ਕੰਡਕਟ ਖਤਮ ਹੋ ਜਾਣਾ, ਉਦੋਂ ਬਹਿ ਕੇ ਤੁਹਾਡੇ ਨਾਲ ਸਾਰੀਆਂ ਮੰਗਾਂ ਦਾ ਹੱਲ ਕੱਢਾਂਗੇ। ਪਰ ਅਫਸੋਸ ਦੀ ਗੱਲ ਆ ਕਿ 4 ਜੂਨ ਤੋਂ ਬਾਅਦ ਅੱਜ ਅਸੀਂ ਫਰਵਰੀ ਮਹੀਨੇ ਦੇ ਵਿੱਚ ਬੈਠੇ ਹਾਂ, ਅੱਜ ਤੱਕ ਮੁੱਖ ਮੰਤਰੀ ਮੁੜ ਕੇ ਟੇਬਲ 'ਤੇ ਨਹੀਂ ਬੈਠੇ, ਅਤੇ ਉਮੀਦ ਆ ਕਿ ਹੁਣ ਦੁਬਾਰਾ ਟੇਬਲ 'ਤੇ ਸ਼ਾਇਦ ਉਦੋਂ ਹੀ ਬੈਠਣ ਜਦੋਂ ਲੋਕ ਸਭਾ ਚੋਣਾਂ ਦਾ ਜਾਬਤਾ ਲੱਗ ਜਾਊਗਾ, ਕਿਉਂਕਿ ਫਿਰ ਇੱਕ ਉਹਨਾਂ ਕੋਲ ਬਹਾਨਾ ਹੋਣਾ ਹੈਗਾ ਕਿ ਜਾਬਤੇ ਤੋਂ ਬਾਅਦ ਕੁਛ ਕਰਾਂਗੇ। ਹਾਂਜੀ ਹਾਂਜੀ, ਬਿਲਕੁਲ ਬਹਾਨਾ ਹੋਣਾ, ਵੇਚਣ ਦੇ ਲਈ ਇੱਕ ਨਵਾਂ ਲਾਰਾ ਹੋਣਾ। ਕਾਂਗਰਸ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਹਰ ਵਰਗ ਦੇ ਨਾਲ ਵਾਅਦੇ ਕੀਤੇ, ਤੁਸੀਂ ਯਾਦ ਕਰਾ ਰਹੇ ਹੋ ਕਿਸਾਨਾਂ ਨਾਲ ਵਾਅਦਾ ਕੀਤਾ, ਬੇਰੁਜ਼ਗਾਰਾਂ ਨਾਲ ਵਾਅਦਾ ਕੀਤਾ, ਸਾਡੇ ਅਧਿਆਪਕਾਂ ਦੇ ਨਾਲ ਵਾਅਦਾ ਕੀਤਾ ਕਿ ਜਿੰਨੇ ਕੱਚੇ ਅਧਿਆਪਕ ਨੇ ਸਾਰਿਆਂ ਨੂੰ ਪੱਕੇ ਕਰਾਂਗੇ ਮੋਹਾਲੀ ਦੇ ਵਿੱਚ। ਕੁਛ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਸਮਝਣੀ ਚਾਹਾਂਗਾ, ਕੁਛ ਕੋਸ਼ਿਸ਼ ਉਹ ਵੀ ਹੋ ਰਹੀ ਹੈ ਕਿ ਕੁਛ ਲੋਕਾਂ ਨੂੰ ਤੋੜਿਆ ਜਾਵੇ, ਹੌਲੀ ਹੌਲੀ ਮਨਾਇਆ ਜਾਵੇ। ਹਰਦੀਪ ਜੀ, ਕੁਛ ਚਰਚਾਵਾਂ ਇਹ ਵੀ ਨੇ ਕਿ ਉੱਥੇ ਕੁਛ ਲੋਕ ਅਜੇ ਨੇ ਜਿਹੜੇ ਧਰਨੇ 'ਚ ਬੈਠੇ ਹੁੰਦੇ, ਉਹਨਾਂ ਨੂੰ ਤੋੜਦੇ ਨੇ ਕਿ ਨਹੀਂ ਠੀਕ ਹੈ ਤੁਸੀਂ ਆ ਜਾਓ, ਤੁਹਾਡੀ ਗੱਲ ਸੁਣਨੇ ਆ, ਜਿਸ ਕਰਕੇ ਉਹ ਜਿਹੜਾ ਤੁਹਾਡਾ ਸੰਘਰਸ਼ ਉਹ ਥੋੜ੍ਹਾ ਕਮਜ਼ੋਰ ਹੋਵੇ। ਮੈਂ ਤੁਹਾਨੂੰ ਸਾਫ਼ ਕਰ ਦੇਣਾ ਚਾਹੁੰਦਾ ਕਿ ਜਿਹੜੀ ਗੱਲ ਮੈਂ ਕਰ ਰਿਹਾ ਸੀ ਉੱਥੋਂ ਹੀ ਸ਼ੁਰੂ ਕਰਾਂ। ਮੋਹਾਲੀ ਦੇ ਵਿੱਚ ਧਰਨੇ ਦੇ ਵਿੱਚ ਆ ਕੇ ਸਿੱਖਿਆ ਪ੍ਰੋਵਾਈਡਰਾਂ ਦੇ ਮੁੱਖ ਮੰਤਰੀ ਜੀ ਨੇ ਇਹ ਆਖਿਆ ਕਿ ਜਿੰਨੀ ਤੁਸੀਂ ਤਨਖਾਹ ਲੈ ਰਹੇ ਹੋ ਇਸ ਤੋਂ ਵੱਧ ਤਨਖਾਹ ਮੇਰਾ ਮਾਲੀ ਲੈਂਦਾ, ਵੀਡੀਓ ਰਿਕਾਰਡਿੰਗ ਉਹਨਾਂ ਦੀ ਹੈਗੀ ਹੈ। ਇਸੇ ਤਰ੍ਹਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਤਰ੍ਹਾਂ ਦਾ ਕਰਜ਼ਾ ਮਾਫ਼ ਕਰਾਂਗੇ, ਪਰ ਆਪਾਂ ਅਧਿਆਪਕਾਂ ਤੱਕ ਮੈਂ ਸੀਮਿਤ ਰਹਾ ਕਿ ਅਧਿਆਪਕਾਂ ਨਾਲ ਜਿਹੜੇ ਕੀਤੇ ਹੋਏ ਵਾਅਦੇ ਸੀ
एक भी अध्यापक पंजाब दे विच कॉन्ट्रैक्टर वाले नू रेगुलर नहीं किया। ठीक है, हाँ 8886 अध्यापकों पक्के करन दा फैसला लिया, पर वो इस करके नहीं कि सरकार सानू पक्का करना चाहती सी। एस एस ए रमसा आदर्श ते मॉडल स्कूलों के अध्यापक जिहड़े 37,000 तो लैके 57,000 तक तनखाह ले रहे सी, उन्हां नू तनखाह घटा के 15,300 कर दिता। असल दे विच तनखाह घटाउणी सी ਤਾਂ ਰੈਗੂਲਰ ਦਾ ਲਾਲਚ ਦਿੱਤਾ, ਖਰਚਾ ਘੱਟ ਕਰਨਾ ਸੀ, ਉਹਨਾਂ ਦੇ ਅਧਿਆਪਕਾਂ ਨੂੰ ਮਜਬੂਰ ਕੀਤਾ ਗਿਆ। ਇੱਕ ਪਾਸੇ ਤਾਂ ਉਹਨਾਂ ਨੂੰ ਆਪਸ਼ਨ ਦਿੱਤੀ ਕਿ ਤੁਸੀਂ 15,300 ਤੇ ਆ ਕੇ ਪੱਕੇ ਹੋ ਜਾਓ ਜਾਂ ਜਿਵੇਂ ਤੁਸੀਂ ਨੌਕਰੀ ਕਰ ਰਹੇ ਹੋ ਐਜਿਟ 'ਚ ਪੁਰਾਣੀ ਤਨਖਾਹ 'ਤੇ ਬਰਕਰਾਰ ਰਹੋ। ਪਰ ਦੂਜੇ ਪਾਸੇ ਜਿਹੜੇ ਅਧਿਆਪਕਾਂ ਨੇ ਸਰਕਾਰ ਦੀ ਇਸ ਆਪਸ਼ਨ ਨੂੰ ਮੰਨਿਆ ਨਹੀਂ, ਉਹਨਾਂ ਦੀਆਂ 200-200 ਕਿਲੋਮੀਟਰ ਦੂਰ ਬਦਲੀਆਂ ਕਰਤੀਆਂ, 8-8, 9-9 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ, ਉਹਨਾਂ ਦੀਆਂ ਛੁੱਟੀਆਂ ਦੇ ਉੱਤੇ ਰੋਕ ਲਾ ਦਿੱਤੀ। ਇਹ ਤੋੜਨ ਦੇ ਤਰੀਕੇ ਸੀ, ਰੈਗੂਲਰ ਦਾ ਲਾਲਚ ਦਿੱਤਾ ਤੇ ਜਬਰ ਕੀਤਾ, ਜਿਸ ਦੇ ਵਿੱਚ ਉਹ ਮਜਬੂਰ ਹੋ ਕੇ ਅਧਿਆਪਕਾਂ ਨੇ ਜਦੋਂ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ, ਕੁਛ ਅਧਿਆਪਕ ਰੈਗੂਲਰ ਦੀ ਆਪਸ਼ਨ ਸਰਕਾਰ ਦੀ ਮੰਨੀ ਆ ਉਹਨਾਂ ਨੇ, ਪਰ ਐਜੀਟੇਸ਼ਨ ਦੇ ਵਿੱਚ ਅੱਜ ਵੀ ਬਰਕਰਾਰ ਨੇ। ਕੱਲ੍ਹ ਦਾ ਇਕੱਠ ਇਸ ਚੀਜ਼ ਦੀ ਗਵਾਹੀ ਹੈਗਾ ਕਿ 8886 ਤੋਂ ਕਿਤੇ ਵੱਧ ਅਧਿਆਪਕ ਅਜੇ ਵੀ ਸੜਕਾਂ ਦੇ ਉੱਤੇ ਆ ਰਹੇ ਨੇ। ਇਸ ਕਰਕੇ ਸਰਕਾਰ ਜਿਹੜਾ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ, ਇਸ ਦੀ ਕੀਮਤ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਲਾਜ਼ਮੀ ਤੌਰ ਤੇ ਚੁਕਾਉਣੀ ਪੈਣੀ। ਮੈਂ ਆਵਾਂਗਾ ਤੁਹਾਡੇ ਕੋਲ ਜਸਦੇਵ ਜੀ। ਸਵਾਲ ਬੜਾ ਸਿਆਸੀ ਜਿਹਾ ਸਵਾਲ ਕਹਿ ਲਓ ਜਾਂ ਕਹਿ ਲਓ ਕਿ ਬੜਾ ਮੂਲਭੂਤ ਜਿਹਾ ਬੜਾ ਬੁਨਿਆਦੀ ਜਿਹਾ ਸਵਾਲ ਹੈ, ਜੇ ਬੱਚੇ ਨੂੰ ਭੁੱਖ ਲੱਗੇਗੀ ਤਾਂ ਬਿਲਕੁਲ ਮਾਂ ਨੇ ਕੁਛ ਦੇਣਾ, ਜਿਵੇਂ ਕਿ ਮੈਂ ਪਹਿਲੇ ਵੀ ਕਿਹਾ, ਪਰ ਇਸ ਮਾਂ ਦੀ ਮਜਬੂਰੀ ਜਾਂ ਲਾਚਾਰੀ ਕੀ ਹੈਗੀ ਕਿ ਉਹ ਦੇ ਨਹੀਂ ਰਹੀ? ਸਿੱਧੇ ਤੌਰ 'ਤੇ ਕਹਾਂ, ਸਰਕਾਰ ਦੀ ਕੋਈ ਮਜਬੂਰੀ ਹੈ, ਕੋਈ ਲਾਚਾਰੀ ਹੈ ਜੋ ਮੁਲਾਜ਼ਮ ਸੜਕਾਂ 'ਤੇ ਹੈਗੇ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ? ਆਖਿਰਕਾਰ ਉਹ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋ ਕਿਉਂ ਨਹੀਂ ਰਹੀਆਂ? ਲੱਗਦਾ ਕੀ ਕੁਝ ਹੈ, ਕਿਉਂਕਿ ਤੁਸੀਂ ਮੁੱਖ ਵਿਰੋਧੀ ਪਾਰਟੀ ਹੋ, ਇਸ ਕਰਕੇ ਸਵਾਲ ਤੁਹਾਡੇ ਤੋਂ ਵੀ ਬਣਦਾ ਹੈ ਔਰ ਬਣਦਾ ਕਿ ਤੁਸੀਂ ਵੀ ਸਰਕਾਰ ਤੋਂ ਕਰੋ ਵੀ ਵਜ੍ਹਾ ਕੀ ਹੈ, ਕਿਉਂ ਨਹੀਂ ਇਹ ਸਾਰੀਆਂ ਮੰਗਾਂ ਪੂਰੀ ਹੋ ਰਹੀਆਂ? ਇਹਨਾਂ ਦਾ ਜਦੋਂ ਕਾਂਗਰਸ ਦਾ ਮੈਨੀਫੈਸਟੋ ਆਇਆ ਸੀਗਾ 129 ਪੇਜਾਂ ਦਾ ਸੀਗਾ, ਪੇਜ ਨੰਬਰ 58 ਤੇ ਪੁਆਇੰਟ ਨੰਬਰ 41 ਹੈ, ਜਿਵੇਂ ਹਰਦੀਪ ਜੀ ਦੱਸ ਰਹੇ ਸੀਗੇ, ਉਹਦੇ ਉੱਪਰ ਬੜਾ ਕਲੀਅਰ ਕੱਟ ਲਿਖਿਆ ਹੋਇਆ ਕਿ ਆਲ ਜਸਟ ਡਿਮਾਂਡਸ ਆਫ ਪ੍ਰੋਟੈਸਟਿੰਗ ਟੀਚਰਸ ਵਿਲ ਬੀ ਕੰਸੀਡਰਡ, ਟੀਚਰਸ ਔਨ ਕੰਟਰੈਕਚੁਅਲ ਸਰਵਿਸਿਜ਼ ਵਿਲ ਬੀ ਰੈਗੂਲਰਾਈਜ਼ਡ ਐਂਡ ਡਿਸਕ੍ਰਿਪੈਂਸਿਜ਼ ਇਨ ਦੇਅਰ ਸੈਲਰੀਜ਼ ਵਿਲ ਬੀ ਰਿਮੂਵਡ। ਮਤਲਬ ਬੜੇ ਸਾਫ਼ ਸਾਫ਼ ਅੱਖਰਾਂ 'ਚ ਲਿਖਿਆ ਹੋਇਆ ਸੀਗਾ ਕਿ ਜਿਹਨਾਂ ਨੂੰ ਘੱਟ ਤਨਖਾਹਾਂ ਮਿਲ ਰਹੀਆਂ, ਇੱਕ ਤਾਂ ਪਹਿਲੀ ਗੱਲ ਉਹਨੂੰ ਰੈਗੂਲਰਾਈਜ਼ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਡਿਸਕ੍ਰਿਪੈਂਸਿਜ਼ ਰਿਮੂਵ ਕੀਤੀਆਂ ਜਾਣਗੀਆਂ। ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਡਿਸਕ੍ਰਿਪੈਂਸਿਜ਼ ਰਿਮੂਵ ਕਰਨ ਦਾ ਮਤਲਬ ਇਹ ਹੈ ਕਿ ਵੀ 45,000 ਤੋਂ 15,000 ਤੇ ਉਹਨੂੰ ਲਿਆ ਦਿੱਤਾ ਜਾਊਗਾ। ਜੇ ਅੱਜ ਅਸੀਂ ਇਹਨੂੰ ਪ੍ਰੈਕਟੀਕਲ ਆਸਪੈਕਟ ਆਪਣੇ ਉੱਪਰ ਲਗਾ ਕੇ ਦੇਖੀਏ ਕਿ ਨਵਨੀਤ ਜੀ 45,000 ਤੇ ਅਸੀਂ 8 ਸਾਲਾਂ ਤੋਂ ਕੰਮ ਕਰ ਰਹੇ ਹਾਂ, ਸਾਡੇ ਬੱਚੇ ਵੱਡੇ ਹੋ ਗਏ, ਉਹਨਾਂ ਦੀ ਫੀਸਾਂ ਦਿੰਦੇ ਹਾਂ, ਫਿਰ ਘਰ ਦਾ ਚੁੱਲ੍ਹਾ ਚੱਲਦਾ ਹੈ ਅਤੇ ਇੰਨੇ ਕਿਸੇ ਨੇ ਲੋਨ ਵੀ ਲਿਆ ਹੋਏਗਾ, ਇਹ ਕੀ ਐਕਸਪੈਕਟ ਕਰ ਰਹੀ ਹੈ ਸਰਕਾਰ? ਮੈਨੂੰ ਸਮਝ ਨਹੀਂ ਆਉਂਦਾ ਕਿ ਇੱਕ ਜੇ ਮੇਰੀ ਤਨਖਾਹ 15,000-45,000 ਹੋਵੇ 8 ਸਾਲਾਂ ਤੋਂ ਤੇ ਮੈਨੂੰ 15,000 ਤੇ ਲਿਆ ਦਿੱਤਾ ਜਾਵੇ ਤੇ ਮੇਰੇ ਕੋਲ ਦੋ ਹੀ ਰਾਹ ਰਹਿ ਜਾਣਗੇ, ਜਾਂ ਤਾਂ ਜੋ ਕੱਲ ਹੋਇਆ ਐਜੀਟੇਸ਼ਨ ਪੂਰੇ ਤਰੀਕੇ ਨਾਲ, ਜਾਂ ਮਤਲਬ ਕਿਧਰੇ ਨਾ ਕਿਧਰੇ ਹੋ ਸਕਦਾ ਕਿ, ਮਾਫ ਕਰਨਾ ਹਰਦੀਪ ਜੀ, ਕਿਧਰੇ ਨਾ ਕਿਧਰੇ ਇਹ ਹੋ ਸਕਦਾ ਕਿ ਵੀ ਮੈਂ ਸ਼ਾਇਦ ਬੱਚਿਆਂ ਨੂੰ ਪੜ੍ਹਾਉਣ 'ਚ ਕੋਈ ਕਮੀ ਛੱਡ ਕੇ ਆਪ ਹੀ ਟਿਊਸ਼ਨਾਂ ਵੱਲ ਸਾਰਿਆਂ ਨੂੰ ਧੱਕਾ, ਠੀਕ ਹੈ ਨਾ, ਪਰ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਜੇ ਟੀਚਰ ਇਹ ਕਰੇਗਾ ਉਹ ਆਪਣੀ ਖੁਸ਼ੀ ਨਾਲ ਨਹੀਂ ਕਰ ਰਿਹਾ, ਇਹ ਸਰਕਾਰ ਨੇ ਉਹਨੂੰ ਮਜਬੂਰ ਕਰਤਾ ਹੈ। ਜਸਤੇ ਜੀ, ਸਾਰਿਆਂ ਨੂੰ ਪਤਾ ਹੈ ਜਸਤੇ ਜੀ, ਇਹ ਆਪਣੀ ਖੁਸ਼ੀ ਨਾਲ ਨਹੀਂ ਕਰ ਰਹੇ ਨੇ, ਬੱਚਿਆਂ ਦਾ ਭਵਿੱਖ ਖਰਾਬ ਕੋਈ ਨਹੀਂ ਕਰਨਾ ਚਾਹੁੰਦਾ, ਜਿਹੜਾ ਇਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਉਹਦਾ ਪਹਿਰੇਦਾਰ ਕੌਣ ਹੈ? ਜਦੋਂ ਚੋਣਾਂ ਦੇ ਨਤੀਜੇ ਆਏ, ਬਿਲਕੁਲ ਤੁਹਾਡੀ ਪਾਰਟੀ ਵੱਲੋਂ ਦਾਅਵਾ ਸੀ ਸਰਕਾਰ ਦਾ, ਚਲੋ 20 ਤੇ ਆਏ, 22 ਦਾ ਗਠਜੋੜ ਤੁਹਾਡਾ ਰਿਹਾ, ਮੁੱਖ ਵਿਰੋਧੀ ਪਾਰਟੀ ਤੁਸੀਂ ਬਣੇ, ਤੁਸੀਂ ਕਿਹਾ ਜੀ ਅਸੀਂ ਚੌਕੀਦਾਰ ਹੋਵਾਂਗੇ, ਅਸੀਂ ਚੌਕੀਦਾਰੀ ਕਰਾਂਗੇ ਕਿ ਪੰਜਾਬ ਸਰਕਾਰ ਕਿਹੜਾ ਕੰਮ ਨਹੀਂ ਕਰ ਰਹੀ ਹੈ। ਮੈਂ ਕਹਿਣਾ ਚਾਹ ਰਿਹਾ, ਜਦੋਂ ਪਟਿਆਲੇ ਵਿੱਚ ਸੰਘਰਸ਼ ਸ਼ੁਰੂ ਹੋਇਆ ਸੀਗਾ ਅਧਿਆਪਕਾਂ ਦਾ, ਭਗਵੰਤ ਮਾਨ ਉੱਥੇ ਗਏ, ਬੀਬੀ ਸਰਬਜੀਤ ਕੌਰ ਮਾਣੂਕੇ ਉੱਥੇ ਗਏ, ਹਰਪਾਲ ਚੀਮਾ ਸਾਹਿਬ ਉਸ ਵੇਲੇ LOP ਨਹੀਂ ਸੀਗੇ ਪਰ ਉਹ ਵੀ ਗਏ, ਅਮਨ ਅਰੋੜਾ ਉੱਥੇ ਗਏ, ਅੱਜ ਕਿੱਥੇ ਨੇ ਸਾਰੇ? ਸਿਰਫ ਬਿਆਨਾਂ ਤੱਕ ਸੀਮਿਤ ਨੇ? ਨਹੀਂ, ਦੇਖੋ ਜਦੋਂ ਅਸੀਂ ਪਹਿਲਾਂ ਗਏ ਸੀਗੇ, ਹਰਦੀਪ ਜੀ ਨੂੰ ਇਹਨਾਂ ਨੂੰ ਯਾਦ ਹੋਏਗਾ ਕਿ ਉਸ ਵੇਲੇ ਇਹਨਾਂ ਨੇ ਸਾਨੂੰ ਸਾਫ਼ ਕਹਿਤਾ ਸੀਗਾ ਕਿ ਇੱਥੇ ਕੋਈ ਵੀ ਸਿਆਸੀ ਬੰਦੇ ਨੂੰ ਇਹ ਲੋਕ ਮਤਲਬ ਅਲਾਓ ਨਹੀਂ ਕੀਤਾ ਉਸ ਵੇਲੇ ਇਹਨਾਂ ਦਾ ਸੰਘਰਸ਼ ਜੁਆਇਨ ਕਰਨ ਲਈ, ਠੀਕ ਹੈ।
ਹੁਣ ਤੁਸੀਂ ਇਹ ਜਦੋਂ ਤੁਸੀਂ ਇਹ ਸਾਡੇ ਉੱਤੇ ਮਤਲਬ ਨਿਸ਼ਾਨਾ ਸਾਧਦੇ ਹੋ ਤਾਂ ਲੋਕਾਂ 'ਚ ਇਹ ਵੀ ਗੱਲ ਲੈ ਕੇ ਆਓ ਕਿ ਉਸ ਵੇਲੇ ਇਹਨਾਂ ਨੇ ਸਾਨੂੰ ਸੰਘਰਸ਼ ਜਿਹੜਾ ਹੈ ਇਹਨਾਂ ਦਾ ਜਿਹੜਾ ਐਜੀਟੇਸ਼ਨ ਆ ਜੁਆਇਨ ਕਰਨ ਨੂੰ ਇਹਨਾਂ ਨੇ ਮਨਾ ਕਰਤਾ ਸੀਗਾ। ਠੀਕ ਹੈ, ਮੈਂ ਤਾਂ ਸਗੋਂ ਕਹਿੰਦਾ ਕਿ ਵੀ ਜਦੋਂ ਵੀ ਕੋਈ ਆਪੋਜੀਸ਼ਨ ਦੀ ਪਾਰਟੀ ਜਦੋਂ ਇਹ ਐਜੀਟੇਸ਼ਨ ਜੁਆਇਨ ਕਰਦਾ ਤਾਂ ਜਸਤੇਜ ਜੀ ਉਹ ਮੰਚ ਅਧਿਆਪਕਾਂ ਦਾ ਸੀ, ਉਹਨਾਂ ਨੇ ਤੁਹਾਨੂੰ ਕਿਹਾ ਕਿ ਇਸ ਮੰਚ ਨੂੰ ਸ਼ੇਅਰ ਨਾ ਕਰੋ। ਜਿਹੜਾ ਮੰਚ ਆਮ ਆਦਮੀ ਪਾਰਟੀ ਦਾ ਇਸ ਵੇਲੇ ਹੈ ਵਿਧਾਨ ਸਭਾ ਦੇ ਵਿੱਚ ਮਸਲੇ ਚੁੱਕਣ ਦਾ, ਉੱਥੇ ਕੀ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਇਹ ਮਸਲਾ ਚੁੱਕਿਆ? ਬਿਲਕੁਲ ਚੱਕਿਆ। ਤੁਸੀਂ ਕੀ ਗੱਲਾਂ ਕਰ ਰਹੇ ਹੋ ਨਵਨੀਤ ਜੀ? ਇਹ ਪਿਛਲੀ ਵਾਰ ਵੀ ਚੱਕਿਆ ਗਿਆ ਸੀਗਾ, ਹੁਣ ਵੀ ਸਵਾਲ ਲਗਾਏ ਗਏ ਆ ਤੇ ਹੁਣ ਵੀ ਇਹ ਬਕਾਇਦਾ ਇਹ ਮੁੱਦਾ ਚੱਕਿਆ। ਕਿੰਨੀ ਵਾਰੀ ਮਸਲਾ ਚੱਕਿਆ ਗਿਆ? ਇਨਫੈਕਟ ਬਾਰ ਬਾਰ ਅਸੀਂ ਮੀਡੀਆ ਦੇ ਵਿੱਚ। ਹਰਦੀਪ ਜੀ ਜਵਾਬ ਦਿਓ। ਜਵਾਬ ਇਸਦਾ ਇਹੋ ਦੇਣਾ ਚਾਹਾਂਗੇ ਜੀ ਕਿ ਵਿਧਾਨ ਸਭਾ ਦੇ ਵਿੱਚ ਮਸਲਾ ਚੁੱਕਣ ਲਈ ਸਾਰੀਆਂ ਪਾਰਟੀਆਂ ਨੇ ਚੁੱਕਿਆ, ਓਪੋਜੀਸ਼ਨ ਨੇ, ਪਰ ਓਪੋਜੀਸ਼ਨ ਦਾ ਇੱਕ ਰੋਲ ਵਿਧਾਨ ਸਭਾ ਦੇ ਅੰਦਰ ਆ ਤੇ ਇੱਕ ਵਿਧਾਨ ਸਭਾ ਤੋਂ ਬਾਹਰ ਆ। ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਅਕਸਰ ਚੰਡੀਗੜ੍ਹ ਦੇ ਵਿੱਚ ਧਰਨੇ ਲਾਉਂਦੀਆਂ ਰਹੀਆਂ ਨੇ, ਸਰਕਾਰ ਨੂੰ ਘੇਰਦੀਆਂ ਰਹੀਆਂ ਨੇ। ਇਸ ਕਰਕੇ ਵਿਧਾਨ ਸਭਾ ਵਿਚਲਾ ਰੋਲ ਠੀਕ ਆ ਤੁਸੀਂ ਕੀਤਾ ਹੈਗਾ, ਪਰ ਵਿਧਾਨ ਸਭਾ ਤੋਂ ਬਾਹਰ ਆਪਣੇ ਪਲੇਟਫਾਰਮ ਤੋਂ ਵੀ ਤੁਸੀਂ ਡਿਮਾਂਡ ਇਸ ਨੂੰ ਪੁੱਟ ਕਰੋਗੇ, ਲਾਜ਼ਮੀ ਤੌਰ 'ਤੇ ਕੁਛ ਕਰੋਗੇ, ਇਹ ਸਾਨੂੰ ਪੂਰੀ ਉਮੀਦ ਆ। ਮੁੱਖ ਵਿਰੋਧੀ ਪਾਰਟੀ ਹੋਣ ਕਰਕੇ ਤੁਸੀਂ ਬਾਕੀ ਦੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਘੱਟੋ ਘੱਟ ਕੋਈ ਸਰਬਦਲੀ ਮੀਟਿੰਗ ਕਰੋ, ਗਵਰਨਰ ਨੂੰ ਮਿਲੋ। ਠੀਕ ਹੈ, ਕੌਲ ਸਾਹਿਬ ਮੈਂ ਹੁਣ ਤੁਹਾਡੇ ਕੋਲ ਆ ਰਿਹਾ, ਅਧਿਆਪਕਾਂ ਦੀ ਗੱਲ ਹੋ ਗਈ। ਅਸੀਂ ਗਵਰਨਰ ਨੂੰ ਵੀ ਮਿਲ ਚੁੱਕੇ ਹਾਂ, ਗਵਰਨਰ ਦੇ ਸਾਹਮਣੇ ਵੀ ਇਹ ਗੱਲ ਰੱਖੀ ਹਰਦੀਪ ਜੀ, ਮੈਂ ਆਪ ਗਿਆ ਹੋਇਆ, ਮੰਗ ਪੱਤਰ ਉਹਨਾਂ ਨੂੰ ਵੀ ਦਿੱਤਾ ਹੋਇਆ, ਪਰ ਦੇਖੋ ਹਾਂ ਨਹੀਂ ਜੁਆਇੰਟਲੀ ਬਹੁਤ ਚੀਜ਼ਾਂ ਨੇ ਜਿਹੜੀ ਰਾਜਨੀਤੀ 'ਚ ਆਪਾਂ ਟੀਵੀ 'ਤੇ ਕਹਿੰਦੇ ਚੰਗੀਆਂ ਲੱਗਦੀਆਂ, ਠੀਕ ਹੈ, ਪਰ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਇਹੋ ਜਿਹੇ ਮੁੱਦੇ ਦੇ ਉੱਪਰ ਕੁਛ ਗੱਲਾਂ ਤੇ ਬਿਆਨ ਦੇਣੇ ਚੰਗੇ ਲੱਗਦੇ ਨੇ, ਲੇਕਿਨ ਸਵਾਲ ਵੱਡਾ ਹੈ ਕਿ ਜਦੋਂ ਉਹਨੂੰ ਇੰਪਲੀਮੈਂਟ ਕਰਾਉਣਾ ਪਏ ਤੇ ਕੁਝ ਚੀਜ਼ਾਂ ਹੋਰ ਵੀ ਸਿਆਸਤ ਨਹੀਂ, ਸਵਾਲ ਵੱਡਾ ਮੇਰੀ ਗੱਲ ਸੁਣੋ ਨਾ ਜੀ। ਚਲੋ ਜਸਤੇ ਜੀ, ਨਹੀਂ ਉਹੀ ਗੱਲ, ਮੈਂ ਕ੍ਰਿਟਿਸਾਈਜ਼ ਨਹੀਂ ਕਰ ਰਿਹਾ, ਮੈਂ ਅੱਗੇ ਚੱਲਣਾ, ਮੈਂ ਆਵਾਂਗਾ ਫਿਰ ਤੋਂ ਇਸ ਮਸਲੇ ਤੇ। ਮੈਂ ਇੱਕ ਮਿੰਟ ਨਹੀਂ, ਬਿਲਕੁਲ ਫਿਰ ਇੱਕ ਸੈਕਿੰਡ, ਹੁਣ ਤੁਸੀਂ ਗੱਲ ਕਰ ਰਹੇ ਹੋ ਅਕਾਲੀ ਦਲ ਨਾਲ ਇਹਨਾਂ ਦੇ ਨਾਲ ਰਲ ਕੇ ਐਜੀਟੇਸ਼ਨ ਕਰਨ ਦੀ, ਮੇਰੀ ਗੱਲ ਸੁਣੋ, ਇਹ ਜਿਹੜਾ ਬੇਸਿਕ ਪੇ ਦਾ ਚੱਕਰ ਪਾਇਆ ਗਿਆ ਹੈ, ਅਕਾਲੀ ਦਲ ਨੇ ਪਾਇਆ ਕਿੰਨੇ, ਸਭ ਤੋਂ ਅਕਾਲੀ ਦਲ ਨੇ ਪਾਇਆ, ਇਹ ਪਾਈ ਹੈ ਅਕਾਲੀ ਦਲ ਨੇ, ਅਕਾਲੀ ਦਲ ਨੇ ਪਾਇਆ, ਬਿਲਕੁਲ ਪਾਇਆ, ਹਾਂ ਤੇ ਹੁਣ ਮਤਲਬ ਉਹ ਬਿਲਕੁਲ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਰੈਗੂਲਰ ਜਿਹੜਾ ਕਰਨਾ ਸੀਗਾ 10 ਸਾਲ ਇਹਨਾਂ ਨੂੰ ਨੌਕਰੀ ਤੇ ਰੱਖ ਕੇ ਇਹਨਾਂ ਨੂੰ ਵਰਤਿਆ ਗਿਆ 10 ਸਾਲਾਂ 'ਚ, ਕਿੰਨੀ ਕੁ ਵਾਰੀ ਇਹਨਾਂ ਨੇ ਰੈਗੂਲਰ ਕਰਨ ਦੀ ਕੋਸ਼ਿਸ਼ ਕੀਤੀ, ਐਂਡ ਜਾ ਕੇ ਐਕਟ ਪਾਸ ਕਰਤਾ ਜਦੋਂ ਇਲੈਕਸ਼ਨ ਬਿਲਕੁਲ ਸਿਰ ਤੇ ਸੀਗੀਆਂ। ਸੋ ਇਸ ਕਰਕੇ ਬਹੁਤ ਬਹੁਤ ਸਵਾਲੀਆ ਨਿਸ਼ਾਨ ਉੱਠਦੇ ਆ, ਕੱਲ ਨੂੰ ਅਸੀਂ ਇਹਨਾਂ ਦੇ ਨਾਲ ਜੇ ਇਸ ਮੁੱਦੇ ਦੇ ਉੱਪਰ ਖੜੇ ਹੋ ਗਏ ਤੁਸੀਂ ਪੁੱਛਣਾ ਹੈ, ਦੱਸੋ ਜੀ ਇਹ ਤਾਂ ਆਪ ਹੀ ਕਲਪ੍ਰੇਟ ਸੀਗੇ, ਹੁਣ ਤੁਸੀਂ ਇਹਨਾਂ ਦੇ ਨਾਲ ਖੜੇ ਹੋ। ਤੁਹਾਡੀ ਗੱਲ ਦਾ ਜਵਾਬ ਕਿਸ਼ਨ ਪਾਲ ਜੀ ਤੋਂ ਲਵਾਂਗਾ, ਪੰਜਾਬ ਦੀ ਭਲਾਈ ਵਾਸਤੇ ਮੈਂ ਤੁਹਾਡੀ ਗੱਲ ਦਾ ਜਵਾਬ ਲਵਾਂਗਾ ਕਿਸ਼ਨ ਪਾਲ ਜੀ ਤੋਂ ਕਿ ਚੱਕਰ ਕਿਹਦਾ ਪਾਇਆ, ਲੇਕਿਨ ਦੋ ਹੋਰ ਮਹਿਮਾਨ ਵੀ ਨੇ, ਇੱਕ ਵਾਰੀ ਉਹਨਾਂ ਕੋਲ ਚੱਲ ਕੇ ਫਿਰ ਆਉਣਾ ਕਿਸ਼ਨ ਪਾਲ ਜੀ ਕੋਲ। ਮੈਂ ਕੌਲ ਸਾਹਿਬ ਤੁਹਾਡੇ ਕੋਲ ਆ ਰਿਹਾ ਕਿਉਂਕਿ ਅੱਜ ਨਛੱਤਰ ਸਿੰਘ ਜੀ ਦੀ ਵਾਰੀ, ਬਾਅਦ 'ਚ ਮਾਫੀ ਚਾਹਾਂਗਾ ਨਛੱਤਰ ਸਿੰਘ ਜੀ, ਆ ਰਿਹਾ ਤੁਹਾਡੇ ਕੋਲ ਵੀ। ਕੌਲ ਸਾਹਿਬ ਸਵਾਲ ਵੱਡਾ ਹੈ ਕਿ ਪਿਛਲੇ ਦਿਨੀ 5 ਤਰੀਕ ਦੀ 7 ਤਰੀਕ ਦੀ ਅਸੀਂ ਹੜਤਾਲ ਤੁਹਾਡੀ ਵੇਖੀ, ਐਜੀਟੇਸ਼ਨ ਤੁਹਾਡੇ ਵੇਖੇ, ਇਸ ਤੋਂ ਪਹਿਲਾਂ ਜਦੋਂ ਜਿਹੜੇ ਮੈਨੀਫੈਸਟੋ ਦੀ ਗੱਲ ਜਸਤੇਜ ਜੀ ਕਰ ਰਹੇ ਨੇ, ਉਹਨਾਂ ਨੇ ਪੇਜ ਨੰਬਰ ਵੀ ਦੱਸਤਾ ਉਹਦੇ 'ਤੇ ਕਿਹੜਾ ਪੁਆਇੰਟ ਸੀਗਾ, ਉਸ ਮੈਨੀਫੈਸਟੋ ਦੇ ਤੁਸੀਂ ਪਕੌੜੇ ਵੀ ਤਲ ਕੇ ਬੜੇ ਖਾਧੇ ਨੇ, ਪਰ ਸਵਾਲ ਵੱਡਾ ਹੈ ਉਹਨਾਂ ਪਕੌੜਿਆਂ ਦਾ ਸਵਾਦ ਅੱਜ ਤੱਕ ਤੁਹਾਨੂੰ ਯਾਦ ਹੋਣਾ, ਪਰ ਵਾਅਦੇ ਵੀ ਯਾਦ ਹੋਣੇ, ਉਹਨਾਂ ਵਾਅਦਿਆਂ 'ਚ ਤੁਹਾਡਾ ਪੁਆਇੰਟ ਜਿਹੜਾ ਸੀ, ਸੱਤਵਾਂ ਪੇ ਕਮਿਸ਼ਨ, ਜਿਹੜੇ TADA ਪੈਂਡਿੰਗ ਨੇ, ਸਗੋਂ ਤੁਹਾਡੇ ਨਹੀਂ ਜਿਹੜੇ ਪੈਨਸ਼ਨਰਸ ਨੇ ਉਹਨਾਂ ਦੇ ਵੀ, ਲੱਗਦਾ ਨਹੀਂ ਕਿ ਇਹਨਾਂ ਸਾਰੇ ਮਸਲਿਆਂ 'ਤੇ ਸਰਕਾਰ ਸ਼ਾਇਦ ਚੁੱਪੀ ਵੱਟ ਕੇ ਬੈਠੀ ਹੈ ਕਿ ਠੀਕ ਹੈ ਜਦੋਂ ਮਸਲੇ ਦੀ ਗੱਲ ਹੋਏਗੀ ਉਦੋਂ ਮਸਲੇ ਦੀ ਗੱਲ ਕਰਾਂਗੇ, ਜਦੋਂ ਮੰਗਾਂ ਦੀ ਗੱਲ ਹੋਏਗੀ ਉਦੋਂ ਮੰਗਾਂ ਦੀ ਗੱਲ ਕਰਾਂਗੇ, ਪਰ ਪੂਰੀਆਂ ਕੁਛ ਨਹੀਂ ਕਰਨੀਆਂ ਸੀ। ਨਵਨੀਤ ਜੀ, ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਇਸ ਲਿਵਿੰਗ ਇੰਡੀਆ ਚੈਨਲ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਰਮਚਾਰੀਆਂ ਦੀਆਂ ਦੁੱਖ ਨੂੰ ਸਮਝਦੇ ਹੋਏ ਮੈਨੂੰ ਡਿਬੇਟ ਵਾਸਤੇ ਬੁਲਾਇਆ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਚੈਨਲ ਦਾ। ਕਾਂਗਰਸ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਔਰ ਕਾਂਗਰਸ ਸਰਕਾਰ ਨੇ ਜਿੱਥੇ ਕਰਮਚਾਰੀਆਂ ਦੀਆਂ ਮੰਗਾਂ ਮੰਨਣੀਆਂ ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਕਰਮਚਾਰੀਆਂ ਨੂੰ ਲੁੱਟਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਆਹ ਪਟਿਆਲੇ ਦੇ ਵਿੱਚ ਸਾਡੇ ਟੀਚਰਾਂ ਨੂੰ ਕੁੱਟਿਆ, ਮੈਨੂੰ ਇੱਥੋਂ ਤੱਕ ਨਵਜੀਤ ਜੀ ਬੜੀ ਹੈਰਾਨਗੀ ਦੀ ਗੱਲ ਹੈ, ਸਾਡੀਆਂ ਲੜਕੀਆਂ, ਸਾਡੀਆਂ ਬੇਟੀਆਂ, ਸਾਡੀਆਂ ਭੈਣਾਂ ਨੂੰ ਇਹਨਾਂ ਨੇ ਕੁੱਟਿਆ, ਸਰਕਾਰ ਦੇ ਇਸ਼ਾਰੇ 'ਤੇ ਕੁੱਟਿਆ। ਜਿੱਥੋਂ ਤੱਕ ਆਪਣੇ ਸਟੂਡੈਂਟ ਦੀ ਗੱਲ ਕਰਦੇ ਹਾਂ, ਵਾਅਦੇ ਕਰ ਕਰਕੇ ਇਹ ਮੁੱਕ ਰਿਹਾ, ਉਹਨਾਂ ਦੇ ਨਾਲ ਸਾਰੇ ਮੁਲਾਜ਼ਮਾਂ ਨਾਲ ਵਾਅਦੇ ਕੀਤੇ। ਸਭ ਤੋਂ ਵੱਡਾ ਮਜ਼ਾਕ ਇਹਨਾਂ ਨੇ ਕੀਤਾ, 6 ਤਰੀਕ ਨੂੰ ਸੈਕਟਰੀਏਟ ਦੇ ਵਿੱਚ ਰੈਲੀ ਹੋ ਰਹੀ ਸੀ, ਰੈਲੀ ਦੇ ਵਿੱਚ ਇਹਨਾਂ ਨੇ ਮੈਸੇਜ ਭੇਜਿਆ ਸਾਡੇ ਖਹਿਰਾ ਸਾਹਿਬ ਨੂੰ ਕਿ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਹੈ।
और 7 तरीक दी तुसी स्ट्राइक ना करो नवनीत जी इन्हां ने कर्मचारियों ने विश्वास किया एक बार फिर 12वीं बार सरकार दे उपर और सरकार ने की कढ़िया उहदे विचों जनवरी 2017 च 4% साडी ड्यू है जो सरकार ने अनाउंस नहीं की जुलाई 2017 च 3% ड्यू है जो सरकार ने अनाउंस नहीं की जुलाई 2018 च 3% ड्यू है जो सरकार ने उसकी गल नहीं की और जुलाई 2018 में 6% टोटल मिला के 16% बनती है सरकार ने हजे सेंटर गवर्नमेंट ने 6% अनाउंस नहीं की और इतने जनवरी 19 के इन्होंने 6% डीए अनाउंस किया पर अज तक वो चिट्ठी इशू नहीं की सरकार ने जिथे कर्मचारी दियाँ बाकी डीए की गल ना करके एक कोझा मजाक किया उत्ते सरकार के उत्ते विश्वास करने की गल नहीं बनती मैं अज कैप्टन साहब न कहना चाहता कि कैप्टन साहब आने वाली चोणों के जेकर तुसी कोई फायदा लेना चाहते हो अज भी समा है ओपी सोनी नू कॉल साहब मंत्री मंडल तो हटा दो माफी नाल थोनू मैं रोक रहा सेक्रेटरी जड़ा किशन कुमार सर किशन कुमार जी है लगदा नहीं कि कमियां आती रही है कॉल साहब सबसे बड़ा जड़ा कॉल साहब कॉल साहब मनप्रीत बादल साहब के मंत्री कॉल साहब कांग्रेस नु नुकसान पहुंचाया तुसी आप ही लोकां नु प्रोवोक कर रहे हो कि वोट बैंक नु यूज करो कॉल साहब तुसी आप ही कह रहे हो कि जे फायदा लेना चाहते हो तो यह करो क्यों ये नौबत आन देंदे हो कि सरकारां तुहाडे तो फायदा लैण क्यों सर सर माफ करना मैं सरकार नूं दसना चाहुंदा अज भी समा है जे नहीं तां आउण वाले समें दे विच 13 सीटां दे विचों एक भी सीट अगर कांग्रेस नूं मिल जावे तां मैं दुबारा इस डिबेट दे विच बैठांगा मुलाजम इन्ने दुखी है मुलाजमां दा मन दुखिया होया साडे टीचरां नूं साडे कुट्टिया गया उत्थे साडी एक भी डिमांड पूरी नहीं कीती गई वादा करके मुक रहा गुरु ग्रंथ साहब दे गुटका साहब दे हत्थ रख के कैप्टन साहब ने सौं खाधी सी असीं विश्वास कीता सी इन्हां वोटां पाईआं और अकाली दल तों पहलां दुखी सी असी हुण अज कांग्रेस तों दुखी हैं सानू तीजा फ्रंट लभना पएगा मैं इस करके कहना चाहुंदा जेकर कर्मचारी दीआं मंगां मनणीआं ते अज भी कांग्रेस को टाइम है नहीं तां आउण वाले समें विच चलो कर्मचारी दीआं मंगां मनणीआं पैणीआं किसानां दीआं मंगां मैं आ रहा ठीक है मैं आ रहा नछत्तर सिंह जी ਕਿਸਾਨਾਂ ਦਾ ਹਾਲ ਸਾਰਿਆਂ ਨੂੰ ਪਤਾ ਹੈ ਅੱਜ ਮੁਲਾਜ਼ਮ ਦੁਖੀ ਅੱਜ ਬਿਜ਼ਨਸਮੈਨ ਦੁਖੀ ਮੈਂ ਅਸੀਂ ਇਸੇ ਕਰਕੇ ਕਹਿ ਰਹੇ ਹਾਂ ਕਿ ਅਜੇ 2 ਸਾਲ ਤੇ ਹੋਏ ਵੀ ਨਹੀਂ ਅਜੇ 2 ਸਾਲ ਹੋਏ ਨਹੀਂ 2 ਸਾਲਾਂ ਤੋਂ ਪਹਿਲਾਂ ਹੀ ਸਰਕਾਰ ਤੋਂ ਹਰ ਵਰਗ ਇੰਨਾ ਦੁਖੀ ਹੋ ਕਿਉਂ ਗਿਆ ਨਛੱਤਰ ਸਿੰਘ ਜੀ ਕਿਸਾਨ ਤੇ ਵੈਸੇ ਵੀ ਦੁਖੀ ਹੁੰਦਾ ਕਿਹੜੀ ਵੀ ਸਰਕਾਰ ਹੋਏ ਕਿਸਾਨ ਨੇ ਪ੍ਰਦਰਸ਼ਨ ਵੀ ਕਰਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹੁਣ ਤੇ ਕੈਪਟਨ ਸਰਕਾਰ ਕਰਜ਼ ਮਾਫੀ ਵੀ ਕਰ ਰਹੀ ਹੈ ਵਾਅਦਾ ਕੀਤਾ ਗਿਆ ਸੀ ਫਿਰ ਨਾਰਾਜ਼ਗੀ ਕਿਉਂ ਕਿਉਂ ਬਾਰ ਬਾਰ ਸੜਕਾਂ ਤੇ ਆਉਣਾ ਪੈ ਰਿਹਾ ਕਿਉਂ ਚੰਡੀਗੜ੍ਹ ਡੇੜੇ ਲਾਣੇ ਪੈਣੇ ਨੇ ਕਰਜ਼ਾ ਜਿਸ ਚੋਣ ਦੇ ਵਿੱਚ ਜਾਂ ਜਿਸ ਹੌਸਲੇ ਦੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਤਾਂ ਬਿਲਕੁਲ ਉਲਟ ਕੰਮ ਹੋ ਰਿਹਾ ਸਾਰੇ ਕਿਸਾਨਾਂ ਦਾ ਸਾਰੇ ਤਰ੍ਹਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਗਈ ਸੀ ਲੇਕਿਨ ਇਹਨਾਂ ਨੇ ਸਿਰਫ ਸ਼ਾਰਟ ਟਰਮ ਲੋਨ ਜਿਹੜਾ ਕਿ ਸਾਡਾ ਹਰ 6 ਮਹੀਨੇ ਬਾਅਦ ਬਰਾਬਰ ਕਰ ਦਿੱਤਾ ਜਾਂਦਾ ਅਤੇ ਅੱਗੇ ਚਾਲੂ ਹੋ ਜਾਂਦਾ ਸਿਰਫ ਉਹ ਲੋਨ ਉਹ ਵੀ 2.5 ਏਕੜ ਤੱਕ ਕੰਡੀਸ਼ਨਾਂ ਲਾ ਕੇ 2 ਲੱਖ ਤੋਂ ਘੱਟ ਵਾਲਿਆਂ ਦਾ ਮਾਫ ਕੀਤਾ ਹੈ ਉਸੇ ਸੁਸਾਇਟੀਆਂ ਦੇ ਵਿੱਚ ਜਿਹੜਾ MT ਲੋਨ ਹੁੰਦਾ ਸਾਨੂੰ ਟਰੈਕਟਰਾਂ ਦੇ ਛੱਡ ਕੇ ਟਰੈਕਟਰ ਨੂੰ ਬਾਕੀ ਉਹਦੇ ਨਾਲ ਸਹਾਇਕ ਜਿਹੜੇ ਹਲ ਵਗੈਰਾ ਸਵਾਗਾ ਵਗੈਰਾ ਇੰਪਲੀਮੈਂਟਾਂ ਲਈ ਮਿਲਦਾ ਉਹ ਤਾਂ 1 ਪੈਸਾ ਵੀ ਅਜੇ ਮਾਫ ਨਹੀਂ ਹੋਇਆ ਸਿਰਫ ਕਾਰਨ ਇਹ ਹੈ ਕਿ ਸਾਡੇ ਬਹੁਤੇ ਭਰਾਵਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ SP ਲੋਨ ਔਰ MT ਲੋਨ ਦੇ ਵਿੱਚ ਫਰਕ ਕੀ ਹੈਗਾ ਬਾਕੀ ਮੈਂ ਜ਼ਿਆਦਾ ਨਾ ਕਹਾਂ ਅੱਜ ਹੋਰ ਵੀ ਬਹੁਤ ਬੁਲਾਰੇ ਨੇ ਤੁਹਾਡੇ ਕੋਲ ਮੈਂ ਸਿਰਫ ਤੁਹਾਡੀ ਇੱਕੋ ਗੱਲ ਦਾ ਜਵਾਬ ਦੇਣਾ ਚਾਹਾਂਗਾ ਕਿ ਤੁਸੀਂ ਬਾਰ ਬਾਰ ਕਿਹਾ ਕਿ ਮਾਂ ਨੂੰ ਬੱਚਾ ਰੋਂਦਾ ਗਾ ਲੇਕਿਨ ਤੁਸੀਂ ਇਹ ਭੁੱਲ ਗਏ ਕਿ ਜਿਹੜੇ ਸਮੇਂ ਦੀ ਤੁਸੀਂ ਗੱਲ ਕਰਦੇ ਹੋ ਉਦੋਂ ਇਹ ਮਾਂ ਹਿੰਦੁਸਤਾਨੀ ਹੁੰਦੀ ਸੀ ਹੁਣ ਇਹ ਜਿਹੜੇ ਸਾਡੇ ਲੀਡਰੇ ਪੱਛਮੀ ਸਭਿਅਤਾ ਚ ਰਹਿੰਦੇ ਹੈ ਇਹ ਪੀਜੇ ਖਾਂਦੇ ਹੈ ਬਾਹਰ ਦੇ ਕੱਪੜੇ ਪਾਉਂਦੇ ਆ ਪਟੀਆਂ ਹੋਈਆਂ ਪੈਂਟਾਂ ਖਾਂਦੇ ਹੁਣ ਇਹਨਾਂ ਨੂੰ ਮਮਤਾ ਨਹੀਂ ਰਹੀ ਬੱਚੇ ਮਰਨ ਭੁੱਖੇ ਬਣ ਜੋ ਮਰਜ਼ੀ ਕਰਨ ਇਹਨਾਂ ਨੂੰ ਆਪਣੀ ਐਸ਼ ਪ੍ਰਸਤੀ ਰਹਿ ਗਈ ਸੋ ਇੱਕ ਵਾਰੀ ਸਾਤੋਂ ਵੋਟਾਂ ਲੈ ਕੇ ਸਾਡੀ ਪਾਵਰ ਆਫ ਅਟਾਰਨੀ ਦੇ ਨਾਲ ਜਦੋਂ ਇਹ ਕੁਰਸੀਆਂ ਤੇ ਬੈਠ ਗਏ ਉਸ ਤੋਂ ਬਾਅਦ ਸਾਡੇ ਕੋਲ ਕੋਈ ਪਾਵਰ ਨਹੀਂ ਅਸੀਂ ਪਾਵਰ ਆਫ ਅਟਾਰਨੀ ਵੋਟ ਨਾਲ ਕੈਂਸਲ ਕਰਕੇ ਇਹਨਾਂ ਨੂੰ ਕੁਰਸੀ ਤੋਂ ਲਾ ਦਈਏ ਜਿਹੜਾ ਇਹਨਾਂ ਨੂੰ ਸਾਡਾ ਫਿਕਰ ਹੋਵੇ ਹੁਣ ਤਾਂ 5 ਸਾਲ ਵਾਸਤੇ ਅਸੀਂ ਆਪਣਾ ਜਿਹੜਾ ਹੱਕ ਇਹਨਾਂ ਦੀ ਝੋਲੀ ਪਾ ਚੁੱਕੇ ਹਾਂ ਆਪਣੀ ਕਿਸਮਤ ਤੇ ਫਿਰ ਜਿਹੜੀ ਨਛੱਤਰ ਸਿੰਘ ਜੀ ਜੇ 5 ਸਾਲ ਆਪਣੇ ਦੇ ਚੁੱਕੇ ਹੋ 5 ਸਾਲ ਲਈ ਆਪਣਾ ਹੱਕ ਇਹਨਾਂ ਦੀ ਝੋਲੀ 'ਚ ਪਾ ਚੁੱਕੇ ਹੋ ਸੋ ਅਜੇ ਤਾਂ 2 ਸਾਲ ਨਹੀਂ ਹੋਏ ਥੋੜ੍ਹਾ ਫਿਰ ਉਡੀਕ ਕਰੋ 3 ਸਾਲ ਹੋਰ ਹੋ ਸਕਦਾ ਨਾ ਉਸ ਮਾਂ ਦੀ ਕੋਈ ਮਜਬੂਰੀ ਹੋਵੇ ਜਿਹੜੀ ਮਾਂ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਹੁਣ ਪੱਛਮੀ ਸੱਭਿਆਚਾਰ ਵਾਲੀ ਉਹ ਮਾਂ ਹੋ ਗਈ ਹੈ ਹੋ ਸਕਦਾ ਕੋਈ ਮਜਬੂਰੀ ਹੋਏ 3 ਸਾਲ ਅਜੇ ਹੈਗੇ ਵੇਟ ਕਰੋ ਫਿਰ ਥੋੜ੍ਹਾ ਜਿਹਾ
ਇਹ ਪਾਪੀ ਪੇਟ ਨਹੀਂ ਜੀ ਕਰਨ ਦਿੰਦਾ ਵੇਟ ਕਰੀਏ ਕਿ ਅਸੀਂ ਤਾਂ ਕਰ ਲਈਏ ਬੱਚੇ ਸਾਡੇ ਪੜ੍ਹਾਈ ਤੋਂ ਰਹਿ ਰਹੇ ਨੇ ਕਰਜ਼ੇ ਸਾਡੇ ਸਿਰ ਦਿਨੋਂ ਦਿਨ ਚੜ੍ਹ ਰਹੇ ਨੇ ਕਰਜ਼ੇ ਦੇ ਦੈਂਤ ਸਾਨੂੰ ਖਾ ਲਏ ਤੇ ਅੱਗੇ ਫਿਰ ਹਨੇਰਾ ਦਿਖ ਰਿਹਾ ਜੇ ਇਹ ਹੋਵੇ ਕਿ ਚਲੋ 3 ਸਾਲ ਤੋਂ ਬਾਅਦ ਸਾਡੀ ਕਿਸਮਤ ਬਦਲੀ ਜਾਣੀ ਹੈ ਕਿਉਂਕਿ ਕੋਈ ਵੀ ਪਾਰਟੀ ਆਵੇ ਜਦੋਂ ਅਪੋਜੀਸ਼ਨ 'ਚ ਹੁੰਦੀ ਹੈ ਤਾਂ ਉਹ ਜਿਹੜੇ ਮੁਜ਼ਾਹਰੇਕਾਰੀ ਹੈ ਜਿਹੜੇ ਪੀੜਤ ਲੋਕ ਹੈ ਉਹਨਾਂ ਦੇ ਬੜੇ ਹਮਦਰਦ ਹੁੰਦੇ ਹੈ ਤੇ ਜਦੋਂ ਉਹੀ ਲੋਕ ਰਾਜ ਤੇ ਆ ਜਾਂਦੇ ਫਿਰ ਸਥਿਤੀ ਉਲਟ ਜਾਂਦੀ ਹੈ ਤੇ ਜਿਸ ਦਿਨ ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ ਫਿਰ ਇਹ ਸਾਰੇ ਘਿਓ ਖਿਚੜੀ ਹੋ ਜਾਂਦੇ ਫਿਰ ਪਬਲਿਕ ਭੁੱਲ ਜਾਂਦੀ ਹੈ ਜੀ ਇਸ ਕਰਕੇ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਦੁੱਖ ਦੀ ਗੱਲ ਇਹ ਹੈ ਕਿ ਜਿੰਨਾ ਇਸ ਵਾਰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਉਨਾ ਸ਼ਾਇਦ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਦੇ ਵੀ ਨਹੀਂ ਕੀਤਾ ਤੁਸੀਂ ਕਿ ਤੁਸੀਂ ਇੱਕ ਗੱਲ ਹੋਰ ਦਿੱਤੀ ਹੈ ਕਿ ਸ਼ਾਇਦ ਜਿੰਨਾ ਇਸ ਵਾਰੀ ਠੱਗਿਆ ਮਹਿਸੂਸ ਕਰ ਰਿਹਾ ਕਿਸ਼ਨ ਪਾਲ ਜੀ ਲੇਕਿਨ ਸਵਾਲ ਜਸਤੇਜ ਜੀ ਨੇ ਤੁਹਾਡੇ ਦੇ ਵਿੱਚ ਚੁੱਕਿਆ ਕਿ ਸਾਰਾ ਕੀਤਾ ਹੋਇਆ ਤੁਹਾਡੇ 10 ਸਾਲ ਦੇ ਰਾਜ ਭਾਗ ਦਾ ਹੀ ਹੈਗਾ ਜੋ ਅੱਜ ਪੱਕੇ ਨਹੀਂ ਹੋ ਪਾ ਰਹੇ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਬਣੇ ਹੋਏ ਨੇ ਉਹ 2 ਸਾਲਾਂ 'ਚ ਨਹੀਂ ਬਣੇ ਪਿਛਲੇ 10 ਸਾਲਾਂ 'ਚ ਜ਼ਿਆਦਾ ਬਣੇ ਨੇ ਨਵਦੀਪ ਜੀ ਪਹਿਲੀ ਬੇਨਤੀ ਤਾਂ ਇਹ ਹੈ ਵੀ ਅੱਜ ਕੁਛ ਗੱਲਾਂ ਨੂੰ ਭੁੱਲ ਕੇ ਉਹਨਾਂ ਭੈਣਾਂ ਦੇ ਹੱਕ 'ਚ ਖੜਨਾ ਪੈਣਾ ਜਿਨ੍ਹਾਂ ਦੀ ਗੁੱਤਾਂ ਫੜ ਕੇ ਸੜਕ 'ਤੇ ਘਸੀਟੇ ਹਾਲਾਤ ਬਣੇ ਕਿਉਂ ਨੇ ਸਵਾਲ ਮੈਂ ਦੱਸ ਰਿਹਾ ਅੱਜ ਉਹਨਾਂ ਮੁਲਾਜ਼ਮਾਂ ਦੇ ਹੱਕ 'ਚ ਖੜਨ ਦੀ ਲੋੜ ਹੈ ਨਾ ਕਿ ਇੱਕ ਦੂਸਰੇ ਦੀ ਨੁਕਤਾਚੀਨੀ ਕਰਨ ਦੀ ਜਾਂ ਸਰਕਾਰ ਤੋਂ ਜਵਾਬ ਮੰਗਣ ਦੀ ਲੋੜ ਹੈ ਆਪ ਪਾਰਟੀ ਨੂੰ ਜਸਤੇਜ ਜੀ ਗੱਲ ਨੂੰ ਘੁਮਾ ਕੇ ਮੈਂ ਸਮਝਦਾ ਵੀ ਤੁਸੀਂ ਇਹਨਾਂ ਟੀਚਰ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਨੂੰ ਵਿਰੋਧੀ ਧਿਰ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਨੂੰ ਯਾਦ ਕਰਾਓ ਕਿ ਤੁਹਾਨੂੰ ਵੀ ਯਾਦ ਕਰਾ ਰਹੇ ਅਸੀਂ ਕਰਾ ਰਹੇ ਹਾਂ ਅਸੀਂ ਅੱਜ ਵੀ ਮਿਲ ਕੇ ਸੈਸ਼ਨ ਵਧਾਉਣ ਦੀ ਗੱਲ ਕੀਤੀ ਹੈ ਤਾਂ ਕਿ ਸੈਸ਼ਨ 'ਚ ਇਹ ਗੱਲ ਚੁੱਕੀ ਜਾਵੇ ਕਿਸ਼ਨ ਪਾਲ ਜੀ ਸੈਸ਼ਨ ਵਧਾਉਣ ਦੀ ਮੰਗ ਕਰਦੇ ਹੋ ਟਿਕਦੇ ਹੋ ਨਹੀਂ ਹੋ ਵਾਕਆਊਟ ਤੁਸੀਂ ਰੋਜ਼ ਕਰਦੇ ਹੋ ਉੱਥੇ ਸ਼ਾਇਦ ਕਿਵੇਂ ਕੰਮ ਹੋਏਗਾ ਵਾਕਆਊਟ ਹੁਣ ਮੰਗਾਂ ਜਦ ਅਸੀਂ ਕਰਾਂਗੇ ਉੱਥੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਅਸੀਂ ਸਮਾਂ ਮੰਗਿਆ ਉੱਥੇ ਟਿਕੋ ਤੇ ਸਹੀ ਮੰਗਾਂ ਲਈ ਗੱਲ ਕਰਨ ਲਈ ਟਿਕੋ ਤੇ ਸਹੀ ਉਸ ਟਾਈਮ ਹਾਲਾਤ ਹਰ ਵਾਰ ਦੇ ਅਕਾਲੀ ਦਲ ਵਾਕਆਊਟ ਕਰ ਜਾਂਦਾ ਹਰ ਵਾਰ ਨਹੀਂ ਵਾਕਆਊਟ ਕਰਦਾ ਇਹ ਗੱਲ ਬਿਲਕੁਲ ਗਲਤ ਗੱਲ ਹੈ ਪਿਛਲੇ 3 ਸੈਸ਼ਨ ਦੱਸ ਦਿਓ ਤੁਸੀਂ ਨਵਨੀਤ ਜੀ ਅੱਜ ਹਰ ਪੋਲੀਟੀਕਲ ਪਾਰਟੀ ਦੀ ਡਿਊਟੀ ਬਣਦੀ ਹੈ ਕਿ ਵਿਰੋਧੀ ਧਿਰ ਦੀ ਡਿਊਟੀ ਬਣਦੀ ਹੈ ਕਿ ਉਹ ਸਰਕਾਰ ਨੂੰ ਯਾਦ ਕਰਾਵੇ ਕਿ ਤੁਸੀਂ ਚੋਣ ਮਨੋਰਥ ਪੱਤਰ 'ਚ ਤੁਸੀਂ ਹਰ ਪੋਲੀਟੀਕਲ ਪਾਰਟੀ ਤੋਂ ਵਿਰੋਧੀ ਧਿਰ ਤੇ ਆ ਗਏ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਨਹੀਂ ਸਾਂਭੀ ਹੈ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਨਵਨੀਤ ਜੀ ਨਹੀਂ ਫਿਰ ਵੀ ਅਸੀਂ ਜਿੰਨੀ ਜ਼ਿੰਮੇਵਾਰੀ ਅਸੀਂ ਨਿਭਾ ਸਕਦੇ ਹਾਂ ਇਹ ਹੋਈ ਨਾ ਗੱਲ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਡਟ ਕੇ ਖੜਾਂਗੇ ਔਰ ਸਰਕਾਰ ਨੂੰ ਭੱਜਣ ਨਹੀਂ ਦੇਵਾਂਗੇ ਸਰਕਾਰ ਨੇ ਜੋ ਵਾਅਦਾ ਇਹਨਾਂ ਨਾਲ ਕੀਤਾ ਸਰਕਾਰ ਨੇ ਧਰਨੇ 'ਤੇ ਜਾ ਕੇ ਆਪਣੇ ਮੈਨੀਫੈਸਟੋ 'ਚ ਵੀ ਕਿਹਾ ਔਰ ਮੁੱਖ ਮੰਤਰੀ ਨੇ ਧਰਨਾ ਸਥਾਨ 'ਤੇ ਜਾ ਕੇ ਕਿਹਾ ਸੀ ਔਰ ਦੂਜੀ ਗੱਲ ਵੈਦਵਾਨ ਸਾਹਿਬ ਕਰਜ਼ੇ ਦੀ ਗੱਲ ਕਰ ਰਹੇ ਸੀ 2.5 ਏਕੜ ਵਾਲਿਆਂ ਦਾ ਵੀ ਮਾਫ਼ ਨਹੀਂ ਹੋਇਆ ਅੱਜ ਵੀ ਡੇਰਾ ਬਸੀ ਸਰ ਬਲੋਕ ਦੀ ਮੈਂ ਗੱਲ ਦੱਸ ਰਿਹਾ ਨਵਨੀਤ ਜੀ ਡੇਰਾ ਬਸੀ ਬਲੋਕ ਤੋਂ ਸੈਕਟਰੀ ਦੇ ਮਨ ਨੂੰ ਫੋਨ ਆਇਆ ਕਿ ਜੀ ਪੈਸੇ ਜਮ੍ਹਾਂ ਕਰਾਓ ਮੈਂ 2.5 ਏਕੜ ਵਾਲਾ ਜ਼ਿਮੀਦਾਰ ਹਾਂ ਮੇਰੇ 'ਤੇ ਲੋਨ 2 ਲੱਖ ਰੁਪਈਏ ਹੈ ਅੱਜ ਮੈਨੂੰ ਅੱਜ ਵੀ ਫੋਨ ਆ ਰਿਹਾ ਸੈਕਟਰੀ ਕਹਿੰਦਾ ਮੇਰੇ 'ਤੇ ਪ੍ਰੈਸ਼ਰ ਹੈ ਕਿਤੇ ਡਿਫਾਲਟਰ ਹੋਣਾ ਜਾਂ ਕੋਈ ਹੋਰ ਤਕਨੀਕੀ ਕਾਰਨ ਹੋਣੇ ਉਹ ਤਕਨੀਕੀ ਕਾਰਨ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਜਦ ਤੁਸੀਂ ਤਕਨੀਕੀ ਕਾਰਨ ਜਦ ਤੁਸੀਂ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਜਦ ਬੁੱਧ ਸਿੰਘ ਕੋਲ ਜਾ ਕੇ ਫੋਟੋ ਖਿਚਾਈ ਸੀ ਕਿ ਉਹਨੂੰ ਮਾਡਲ ਬਣਾਇਆ ਸੀ ਹੁਣ ਬੁੱਧ ਸਿੰਘ ਨੂੰ ਕਹਿੰਦੇ ਤਕਨੀਕੀ ਕਾਰਨ ਕਰਕੇ ਤੇਰਾ ਮਾਫ਼ ਨਹੀਂ ਕਰਿਆ ਜਾ ਸਕਦਾ ਇਹ ਤਕਨੀਕੀ ਕਾਰਨ ਉਦੋਂ ਵੀ ਸਰਕਾਰ ਨੂੰ ਪਤਾ ਸੀ ਜਦੋਂ ਇਹ ਵਾਅਦਾ ਕਰ ਰਹੇ ਸੀ ਕਿ ਤੁਸੀਂ ਚਾਹੇ ਕਿਸੇ ਬੈਂਕ ਤੋਂ ਲਿਆ ਹੋਵੇ ਕਿਸੇ ਸੁਸਾਇਟੀ ਤੋਂ ਲਿਆ ਹੋਵੇ ਕਿਸੇ ਆੜ੍ਹਤੀ ਤੋਂ ਲਿਆ ਹੋਵੇ ਤੁਹਾਡਾ ਕਰਜ਼ਾ ਮੈਂ ਦਊਂਗਾ ਉਸ ਟਾਈਮ ਵੀ ਤਕਨੀਕੀ ਕਾਰਨ ਦਾ ਪਤਾ ਸੀ ਉਸ ਟਾਈਮ ਇਹ ਕਹਿੰਦੇ ਕਿ ਤਕਨੀਕੀ ਕਾਰਨਾਂ ਕਰਕੇ ਜਿਨ੍ਹਾਂ ਦਾ ਕੰਮ ਸਫਲ ਹੋਏਗਾ ਉਹਨਾਂ ਨੂੰ ਦੇਵਾਂਗੇ ਕੌਣ ਸਾਹਿਬ ਕੁਝ ਕਹਿਣਾ ਚਾਹ ਰਹੇ ਅਸੀਂ ਮਾਫ਼ ਕਰਾਂਗੇ ਕੌਣ ਸਾਹਿਬ ਕੁਝ ਕਹਿਣਾ ਚਾਹ ਰਹੇ ਕੌਣ ਸਾਹਿਬ ਫਿਰ ਮੈਂ ਆ ਰਿਹਾ ਹਰਦੀਪ ਜੀ ਕੋਲ ਸਰ ਜਿੱਥੇ ਤੱਕ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਇਹਨਾਂ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਣੀ ਹੈ ਉਹ ਨੌਕਰੀ ਕਿੱਥੇ ਹੈ ਇਹਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਅੱਜ ਕਿਸਾਨਾਂ ਦੇ ਬੱਚੇ ਪੜ੍ਹ ਲਿਖ ਕੇ ਖੇਤੀ ਕਰਨ ਦੀ ਬਜਾਏ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਆ ਪੋਸਟ ਗ੍ਰੈਜੂਏਸ਼ਨ ਬੱਚੇ ਜਿਹੜੇ ਬਾਹਰ ਦਾ ਰਸਤਾ ਤਿਆਰ ਕਰ ਰਹੇ ਆ ਇੱਥੇ ਅੱਜ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਬਈਏ ਯੂਪੀ ਬਿਹਾਰ ਤੋਂ ਆ ਕੇ ਜ਼ਮੀਨ ਵਾਹ ਰਹੇ ਆ ਉਹ ਸਰਕਾਰ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਅੱਜ ਬਾਲੀ ਸਾਹਿਬ ਨਹੀਂ ਆਏ ਸਾਡੇ ਬੁਲਾਰੇ ਜੇਕਰ ਹੁੰਦੇ ਤਾਂ ਅਸੀਂ ਉਹਨਾਂ ਨੂੰ ਪੂਰੀ ਗੱਲ ਦੱਸਦੇ ਵੀ ਇਹ ਸਰਕਾਰ ਨੇ ਜਿਹੜਾ ਕਰਮਚਾਰੀਆਂ ਦਾ ਘਾਣ ਕੀਤਾ ਇਹਨੂੰ ਅੱਜ ਸਰਕਾਰ ਨੂੰ ਸੋਚਣ ਦੀ ਲੋੜ ਹੈ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਗੱਲ ਪੱਕੀ ਹੈ ਕਿ ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ 13 ਚੋਂ 13 ਇੱਕ ਸੀਟ ਵੀ ਨਹੀਂ ਲੈਣ ਦੇਵਾਂਗੇ ਚਲੋ ਇਹ ਦੱਸ ਦਿਓ ਇਹ ਸਾਡਾ ਵਾਅਦਾ ਕੌਲ ਸਾਹਿਬ ਤੁਸੀਂ ਗੱਲ ਤਾਂ ਕਹਿ ਰਹੇ ਹੋ ਕਿ ਜੇ ਮੰਗਾਂ ਨਾ ਮੰਨੀਆਂ ਤਾਂ 13 ਚੋਂ ਇੱਕ ਸੀਟ ਨਹੀਂ ਜਿੱਤਣ ਦੇਵਾਂਗੇ ਸਾਰਾ ਅਸੀਂ ਛੁੱਟੀਆਂ ਲੈ ਕੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਕੀ ਕਰੋਗੇ ਪੰਜਾਬ ਦੇ ਵਿੱਚ ਪ੍ਰਚਾਰ ਕਰਾਂਗੇ ਕੀ ਕਰੋਗੇ
ਕੌਣ ਸਰ ਕੀ ਕਰੋਗੇ ਦੱਸੋ ਨਾ ਸਰ ਛੁੱਟੀਆਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਨੰਗੇ ਕਰਾਂਗੇ ਇਹਨਾਂ ਨੂੰ ਦੱਸਾਂਗੇ ਘਰ ਘਰ ਜਾ ਕੇ ਗਲੀ ਗਲੀ ਘਰ ਘਰ ਬੱਚੇ ਵਿੱਚ ਦੱਸਾਂਗੇ ਕਿ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ ਕਿਉਂਕਿ ਇਹਨਾਂ ਨੇ ਕਰਮਚਾਰੀਆਂ ਦਾ ਨੁਕਸਾਨ ਕੀਤਾ ਕਿਸਾਨਾਂ ਦਾ ਨੁਕਸਾਨ ਕੀਤਾ ਵਪਾਰੀਆਂ ਦਾ ਨੁਕਸਾਨ ਕੀਤਾ ਸਾਡੇ ਨਾਲ ਵਾਅਦੇ ਕਰਕੇ ਇਹ ਮੁੱਕਰੇ ਆ ਇਸ ਕਰਕੇ ਇਹਨਾਂ ਨੂੰ ਕੋਈ ਵੋਟ ਪਾਉਣ ਦੀ ਲੋੜ ਨਹੀਂ ਮੈਂ ਥੋੜ੍ਹੀ ਯਾਦ ਕਰਾਉਣੀ ਚਾਹੁੰਦਾ ਜਿਸ ਟਾਈਮ ਸਾਡੇ ਬੇਅੰਤ ਸਿੰਘ ਜੀ ਮੁੱਖ ਮੰਤਰੀ ਸੀ ਉਸ ਟਾਈਮ ਕੇਵਲ ਕਿਸ਼ਨ ਜੀ ਸਾਡੇ ਵਿੱਤ ਮੰਤਰੀ ਸੀ ਔਰ ਉਹਨਾਂ ਨੇ ਸਾਡੀ ਇੱਕ ਡਿਮਾਂਡ ਨਹੀਂ ਮੰਨੀ ਔਰ ਅਸੀਂ ਹੁਸ਼ਿਆਰਪੁਰ ਦੇ ਵਿੱਚ 12-12 ਦਿਨ ਦੀਆਂ ਛੁੱਟੀਆਂ ਲੈ ਕੇ ਕੈਂਪ ਲਾ ਕੇ ਪਿੰਡ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਪ੍ਰਚਾਰ ਕੀਤਾ ਸੀ ਔਰ ਉਹਦੀ ਜ਼ਮਾਨਤ ਜ਼ਬਤ ਹੋਈ ਸੀ ਅਸੀਂ ਸਰਕਾਰ ਦਾ ਕਾਂਗਰਸ ਦਾ ਉਹ ਹਾਲ ਕਰਾਂਗੇ ਜੇ ਕਰਮਚਾਰੀਆਂ ਡਿਮਾਂਡਾਂ ਨਾ ਮੰਨੀਆਂ ਅਸੀਂ ਚਾਹੁੰਦੇ ਹਾਂ ਸਾਨੂੰ ਜਿਹੜਾ ਸਾਡਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਸਾਡੀਆਂ ਡੀਏ ਦੀਆਂ ਕਿਸ਼ਤਾਂ ਸਰ ਇੱਕ ਗੱਲ ਹੋਰ ਹੈ ਜਿੱਥੇ ਇੱਕ ਕਲਰਕ ਬੀਏ ਪਾਸ ਰੱਖਿਆ ਜਾਂਦਾ ਉੱਥੇ ਜਿਹੜਾ MLA ਆ ਚਾਹੇ ਗੂਠਾ ਛਾਪ ਹੈ ਉਹ ਅਗਰ MLA ਬਣਦਾ ਉਹਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਔਰ ਸਾਡੇ ਕਰਮਚਾਰੀ ਜਿਹੜੇ ਰਿਟਾਇਰ ਹੁੰਦੇ ਆ ਉਹਨਾਂ ਨੂੰ ਪੈਨਸ਼ਨ ਤੋਂ ਵਾਧਾ ਰੱਖਿਆ ਜਾਂਦਾ ਮੈਂ ਨਾਲ ਦੇ ਨਾਲ ਸੈਂਟਰ ਗੌਰਮੈਂਟ ਦੀ ਗੱਲ ਕਰਦਾ ਜਿੱਥੇ ਅਟਲ ਬਿਹਾਰੀ ਵਾਜਪਾਈ ਜੀ ਨੂੰ ਬਹੁਤ ਆਪਾਂ ਮੰਨਦੇ ਹਾਂ ਇਹ ਜਿਹੜੇ ਕੰਡੇ ਬੀਜੇ ਆ ਅਟਲ ਬਿਹਾਰੀ ਵਾਜਪਾਈ ਦੇ ਬੀਜੇ ਹੋਏ ਆ ਉਹਨਾਂ ਨੇ 1-1-2004 ਤੋਂ ਬਾਅਦ ਪੈਨਸ਼ਨ ਬੰਦ ਕੀਤੀ ਹੈ ਅਸੀਂ ਸੈਂਟਰ ਗੌਰਮੈਂਟ ਦਾ ਵੀ ਵਿਰੋਧ ਕਰਦੇ ਹਾਂ ਅਸੀਂ ਉਹਨਾਂ ਦਾ ਜੇਕਰ ਇਹ ਕੈਪਟਨ ਸਾਹਿਬ ਚਾਹੁੰਦੇ ਆ ਕਿ ਪ੍ਰਿੰਕਾ ਗਾਂਧੀ ਰਾਜਨੀਤੀ ਵਿੱਚ ਆ ਗਈ ਹੈ ਰਾਹੁਲ ਗਾਂਧੀ ਦੇ ਨਾਲ ਤੇ ਪੰਜਾਬ ਵਿੱਚ ਫਾਇਦਾ ਹੋ ਜਾਏਗਾ ਮੈਂ ਗੱਲ ਕਹਿਣੀ ਚਾਹੁੰਦਾ ਪੰਜਾਬ ਦੇ ਵਿੱਚ ਪ੍ਰਿੰਕਾ ਗਾਂਧੀ ਦਾ ਕੰਮ ਨਹੀਂ ਦੇਖਣਾ ਤੁਹਾਡੀ ਕਾਰ ਪ੍ਰਿੰਕਾ ਗਾਂਧੀ ਨਾਲ ਦਾ ਕੀ ਮਤਲਬ ਹੈ ਉਹ ਬਾਤ ਦੀ ਗੱਲ ਹੈ ਲੇਕਿਨ ਹਰਦੀਪ ਜੀ ਮੈਂ ਇੱਕ ਚੀਜ਼ ਤੁਹਾਡੇ ਤੋਂ ਸਮਝ ਨਹੀਂ ਚਾਹਾਂਗਾ ਤੁਸੀਂ ਕਿਹਾ ਕਿ ਇੱਕ ਮੁਲਾਕਾਤ ਪਿਛਲੇ ਸਾਲ ਜਿਹੜੀ ਅਪ੍ਰੈਲ 'ਚ ਹੋਈ ਹੈ ਮੁੱਖ ਮੰਤਰੀ ਸਾਹਿਬ ਨਾਲ ਸਿੱਖਿਆ ਮੰਤਰੀ ਨਾਲ ਕਈ ਮੁਲਾਕਾਤਾਂ ਹੋਈਆਂ ਪਿਛਲੇ ਮਹੀਨੇ ਮੈਂ ਵੇਖਿਆ ਸਿੱਖਿਆ ਮੰਤਰੀ ਆਪ ਪਟਿਆਲੇ ਗਏ ਉੱਥੇ ਜਾ ਕੇ ਤੁਹਾਡੀਆਂ ਮੰਗਾਂ ਸੁਣੀਆਂ ਫਿਰ ਕਿਹਾ ਜੀ ਇੱਕ ਮੁਲਾਕਾਤ ਕਰਾਉਂਦੇ ਹਾਂ ਫਿਰ ਕਿਹਾ ਗਿਆ ਕਿ ਕੈਬਨਿਟ ਮੀਟਿੰਗ ਜਿਹੜੀ ਹੋਏਗੀ ਉਹਦੇ 'ਚ ਮਸਲਾ ਰੱਖਾਂਗੇ ਪਿਛਲੇ ਦਿਨੀਂ ਜਿਹੜੀ ਉਹ ਕੈਬਨਿਟ ਮੀਟਿੰਗ ਹੋਈ ਸੀ ਜਿਹੜੀ ਹੁਣ ਹੋਈ ਹੈ 2 ਦਿਨ ਪਹਿਲਾਂ ਉਸ ਤੋਂ ਪਹਿਲਾਂ ਵਾਲੀ ਉਸ ਵਿੱਚ ਵੀ ਕੋਈ ਹੱਲ ਉਹਦਾ ਨਹੀਂ ਨਿਕਲਿਆ ਮੇਰਾ ਇੱਕ ਸਿੱਧਾ ਜਿਹਾ ਸਵਾਲ ਹੈ ਕਿ ਪੱਕੇ ਵੀ ਕਰਨੇ ਤਨਖਾਹਾਂ ਵੀ ਵਧਾਉਣੀਆਂ ਤੁਹਾਡੀਆਂ ਮੰਗਾਂ ਸੁਣੀਆਂ ਵੀ ਜਾ ਰਹੀਆਂ ਪਰ ਪੂਰੀਆਂ ਨਹੀਂ ਹੋ ਰਹੀਆਂ ਸੰਘਰਸ਼ ਕਰਨ ਦਾ ਕੋਈ ਸਿੱਟਾ ਨਜ਼ਰ ਆ ਰਿਹਾ ਹੁਣ ਤੱਕ ਜਾਂ ਸਿਰਫ ਐਵੇਂ ਹੀ ਡਾਂਗਾਂ ਚੱਲਣਗੀਆਂ ਪਾਣੀ ਦੀਆਂ ਬੁਛਾਰਾਂ ਚੱਲਣਗੀਆਂ ਦੇਖੋ ਜੀ ਜੇ ਅਸੀਂ ਪਹਿਲੀ ਇਹ ਮੰਨ ਕੇ ਚੱਲੀਏ ਕਿ ਕੋਈ ਸਿੱਟਾ ਨਹੀਂ ਨਿਕਲਣਾ ਤਾਂ ਇਹ ਸੰਘਰਸ਼ ਦਾ ਜਿਹੜਾ ਇਤਿਹਾਸ ਆ ਉਸ ਤੋਂ ਬੇਮੁਖ ਅਸੀਂ ਹੋ ਸਕਦੇ ਹੈਗੇ ਅਸੀਂ ਘਰ ਦੇ ਵਿੱਚ ਹਰ ਰੋਜ਼ ਝਾੜੂ ਪੋਚਾ ਕਰਦੇ ਹਾਂ ਪਰ ਕੂੜਾ ਇਸ ਦੇ ਬਾਵਜੂਦ ਖਿਲਰਦਾ ਹੈਗਾ ਇਸ ਕਰਕੇ ਸਾਡੀ ਜਿਹੜੀ ਐਜੀਟੇਸ਼ਨ ਆ ਉਹ ਸਾਡੀਆਂ ਮੰਗਾਂ ਦੀ ਪੂਰਤੀ ਤੱਕ ਜਾਰੀ ਰਹਿਣੀ ਹੈਗੀ ਹੈ ਹਾਂ ਇਹ ਗੱਲ ਜ਼ਰੂਰ ਮੰਨਦੇ ਹਾਂ ਕਿ ਮੁੱਖ ਮੰਤਰੀ ਭਾਵੇਂ ਇੱਕ ਵਾਰ ਮਿਲੇ ਪਰ ਸਿੱਖਿਆ ਮੰਤਰੀ ਵਾਰ-ਵਾਰ ਮਿਲੇ ਵਾਰ-ਵਾਰ ਉਹਨਾਂ ਨੇ ਮੀਡੀਆ ਦੇ ਸਾਹਮਣੇ ਬਿਆਨ ਦਿੱਤੇ ਅਤੇ ਜਿਹੜੇ ਬਿਆਨ ਦਿੱਤੇ ਉਹਨਾਂ ਤੋਂ ਉਲਟ ਲਾਗੂ ਕੀਤਾ ਇੱਥੋਂ ਲੱਗਦਾ ਕਿ ਜਾਂ ਤਾਂ ਉਹਨਾਂ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਾਹਮਣੇ ਮੰਤਰੀ ਬੇਬਸ ਹੈਗਾ ਜਾਂ ਫਿਰ ਉਹ ਆਪ ਪੰਜਾਬ ਦੇ ਅਧਿਆਪਕ ਜਥੇਬੰਦੀਆਂ ਨੂੰ ਪੰਜਾਬ ਦੇ ਅਧਿਆਪਕਾਂ ਨੂੰ ਬੁੱਧੂ ਬਣਾ ਰਹੇ ਨੇ ਦੋਨੋਂ ਸਥਿਤੀਆਂ ਦੇ ਵਿੱਚ ਜੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਮੰਤਰੀ ਦੀ ਨਹੀਂ ਮੰਨ ਰਿਹਾ ਤਾਂ ਸਿੱਖਿਆ ਸਕੱਤਰ ਦੀ ਛੁੱਟੀ ਹੋਣੀ ਚਾਹੀਦੀ ਹੈ ਜੇ ਸਿੱਖਿਆ ਮੰਤਰੀ ਆਪਣੇ ਕੀਤੇ ਹੋਏ ਪਬਲਿਕ ਐਲਾਨ ਨੇ ਜਿਹੜੇ ਧਰਨੇ ਦੇ ਵਿੱਚ ਪਟਿਆਲੇ ਜਾ ਕੇ ਬੋਲ ਕੇ ਆਏ ਕੁਛ ਚੀਜ਼ਾਂ ਦਾ ਉਹ ਜੇ ਉਹਨਾਂ ਐਲਾਨਾਂ 'ਤੇ ਨਹੀਂ ਖੜ ਰਹੇ ਤਾਂ ਸਿੱਖਿਆ ਮੰਤਰੀ ਨੂੰ ਰਿਜ਼ਾਈਨ ਦੇਣਾ ਚਾਹੀਦਾ ਅਤੇ ਇੱਕ ਹੋਰ ਗੱਲ ਇੰਟਰਸਟਿੰਗ ਹੈ ਕਿ ਜਿਹੜੀ 10 ਵਾਰ ਮੁੱਖ ਮੰਤਰੀ ਦੀ ਮੀਟਿੰਗ ਦਿੱਤੀ ਗਈ ਹੈ ਉਸ ਦੇ ਵਿੱਚੋਂ 6 ਵਾਰ ਮੁੱਖ ਮੰਤਰੀ ਦੀ ਮੀਟਿੰਗ ਸਿੱਖਿਆ ਮੰਤਰੀ ਨੇ ਤੈਅ ਕਰਵਾਈ ਪਰ 6 ਵਾਰ ਉਹ ਮੀਟਿੰਗ ਨਹੀਂ ਹੋ ਸਕੀ ਇਸ ਕਰਕੇ ਜਿਹੜਾ ਸਿੱਖਿਆ ਮੰਤਰੀ ਸਾਡੇ ਸਕੂਲਾਂ ਦੀ ਵਿੱਦਿਆ ਦੇ ਮੰਦਰਾਂ ਦੀ ਤੁਲਨਾ ਢਾਬਿਆਂ ਨਾਲ ਕਰਦਾ ਜਿਹੜਾ ਸਿੱਖਿਆ ਮੰਤਰੀ ਜਦੋਂ ਢਾਬਿਆਂ ਨਾਲ ਕਰਦਾ ਹਾਂਜੀ ਜਦੋਂ ਸਿੱਖਿਆ ਮੰਤਰੀ ਨੂੰ ਇਹ ਪਤਾ ਲੱਗਦਾ ਕਿ ਸੈਂਟਰ ਗੌਰਮੈਂਟ ਵੱਲੋਂ ਇਸ ਵਾਰ ਵਰਦੀਆਂ ਦੀ ਗ੍ਰਾਂਟ ਹੈਗੀ ਆ 400 ਤੋਂ ਵਧਾ ਕੇ 600 ਕਰ ਮੰਨ ਗਏ ਗਲਤੀ ਹੈ ਸਾਡੀ ਲਿਵਿੰਗ ਇੰਡੀਆ ਨਿਊਜ਼ ਨੇ ਇੱਕ ਮੁਹਿੰਮ ਚਲਾਈ ਵਰਦੀਆਂ ਨੂੰ ਲੈ ਕੇ ਵਰਦੀ ਸਰਦੀ ਅਤੇ ਵਾਅਦਾ ਪਰ ਉਹ ਕਹਿੰਦੇ ਕਿ ਗਲਤੀ ਹੋ ਗਈ ਅਸੀਂ ਨਹੀਂ ਫੰਡ ਦੇ ਪਾਏ ਨਹੀਂ ਮੈਂ ਸਾਫ਼ ਕਰ ਦੇਣਾ ਚਾਹੁੰਦਾ ਕਿ ਸੈਂਟਰ ਸਰਕਾਰ ਤੋਂ ਇਸ ਵਾਰ 200 ਰੁਪਏ ਵੱਧ ਕੇ ਆ ਗਿਆ ਵੱਧ ਕੇ ਆਇਆ ਤੇ ਜਦੋਂ ਤਾਂ 400 ਰੁਪਏ 'ਚ ਵਰਦੀ ਤਿਆਰ ਕਰਨੀ ਸੀ ਉਦੋਂ ਟੀਚਰਾਂ 'ਤੇ ਭਾਰ ਪਾਇਆ ਕਿ ਹੋਣੀ ਨਹੀਂ ਹੈ ਹੁਣ 200 ਰੁਪਏ ਉਹਨਾਂ ਨੂੰ ਕਮਾਈ ਹੁੰਦੀ ਲੱਗ ਰਹੀ ਹੈ ਇਹ ਕਿਹੜੀ ਫਰਮ ਨੂੰ ਦਿੱਤਾ ਜਾਣਾ ਕਿੱਥੇ ਕੀ ਘਪਲਾ ਹੈਗਾ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਅਧਿਆਪਕਾਂ ਨੂੰ ਪੰਜਾਬ ਦੇ ਸਕੂਲਾਂ ਨੂੰ ਬਿਲਕੁਲ ਖਤਮ ਕਰਨ ਵਾਲੇ ਪਾਸੇ ਸਰਕਾਰ ਲੈ ਕੇ ਜਾ ਰਹੀ ਆ ਉਸ ਦੇ ਵਿੱਚ ਸਿੱਖਿਆ ਸਕੱਤਰ ਇੱਕ ਮੋਹਰਾ ਹੈਗਾ ਸਿੱਖਿਆ ਮੰਤਰੀ ਉਸ ਦੇ ਨਾਲ ਮਤਲਬ ਪੂਰੀ ਤਰ੍ਹਾਂ ਕਹਿ ਲਈਏ ਕਿ ਪੰਜਾਬ ਦੇ ਅਧਿਆਪਕਾਂ ਨੂੰ ਬੇਵਕੂਫ ਬਣਾਉਣ ਲੱਗੇ ਹੋਏ ਨੇ ਅਤੇ ਨਾਲ ਦੀ ਨਾਲ ਮੁੱਖ ਮੰਤਰੀ ਦਾ ਇਸੇ ਤਰ੍ਹਾਂ ਲੱਗਦਾ ਕਿ ਉਹਨਾਂ ਨੂੰ ਜਿਵੇਂ ਸਰਕਾਰ ਤੱਕ ਕੋਈ ਮਤਲਬ ਨਾ ਹੋਵੇ ਬਰਸਾਤੀ ਡੱਡੂ ਜਿਵੇਂ ਨਿਕਲ ਕੇ ਆਉਂਦੇ ਹੈਗੇ ਨੇ ਕਿ 5 ਸਾਲਾਂ ਬਾਅਦ ਆਉਣਾ ਹੈਗਾ ਉਦੋਂ ਹੀ ਸ਼ਾਇਦ ਉਹ ਗੱਲ ਕਰਨਗੇ
ਜੇ ਇੱਕ ਵਾਰ ਹੀ ਉਹਨਾਂ ਨੇ ਸਾਡੇ ਨਾਲ ਮੀਟਿੰਗ ਪਰ ਜਿਹੜੀ ਗੱਲ ਜਸਦੇਵ ਜੀ ਨੇ ਕਹੀ ਕਿ ਤੁਸੀਂ ਸਾਨੂੰ ਧਰਨਿਆਂ 'ਚ ਤੇ ਸ਼ਾਮਲ ਨਹੀਂ ਹੋਣ ਦਿੱਤਾ, ਮੈਂ ਉਹਦਾ ਵੀ ਜਵਾਬ ਚਾਹਾਂਗਾ ਕਿ ਫਿਰ ਜਸਦੇਵ ਜੀ ਕੋਲ ਜਾਣਾ। ਅਸੀਂ ਜੀ ਜਦੋਂ ਸਾਡੇ ਉੱਥੇ ਇੱਕ ਤਜਰਬਾ ਹੈਗਾ ਸਾਡਾ ਧਰਨਿਆਂ ਦੇ ਉੱਤੇ, ਜਦੋਂ ਕੋਈ ਵੀ ਸਿਆਸੀ ਪਾਰਟੀ ਆਉਂਦੀ ਹੈ, ਫੋਰ ਐਗਜ਼ਾਮਪਲ ਉੱਥੇ ਅਕਾਲੀ ਦਲ ਵੀ ਆ ਗਿਆ, ਉੱਥੇ ਆਮ ਆਦਮੀ ਪਾਰਟੀ ਵੀ ਆ ਗਈ, ਜਿਹੜੇ ਇਹ ਸਿਆਸੀ ਪਾਰਟੀਆਂ ਵਾਲੇ ਆਗੂ ਆਮ ਤੌਰ 'ਤੇ ਗੱਲ ਕਰਦੇ ਨੇ, ਭਾਵੇਂ ਉਹ ਗੱਲ ਸਾਡੀਆਂ ਮੰਗਾਂ ਦੇ ਹੱਕ ਵਿੱਚ ਕਰਦੇ ਨੇ, ਪਰ ਜਦੋਂ ਮਾਈਕ ਕਿਸੇ ਕੋਲ ਆ ਜਾਂਦਾ ਫਿਰ ਉਹ ਗੱਲ ਸਾਡੀਆਂ ਮੰਗਾਂ ਤੋਂ ਹਟ ਕੇ ਇੱਕ ਦੂਜੇ ਨੂੰ ਇਲਜ਼ਾਮਬਾਜ਼ੀ ਕਰਨ ਤੱਕ ਆ ਜਾਂਦੀ ਹੈਗੀ ਆ। ਸਾਡੇ ਧਰਨੇ ਦੇ ਦੌਰਾਨ ਵੀ ਇਸ ਤਰ੍ਹਾਂ ਵਾਪਰਿਆ ਕਿ ਉੱਥੇ ਹੱਥੋਂ ਪਾਈ ਤੱਕ ਪਹੁੰਚ ਕੇ ਸਾਡੇ ਐਜੀਟੇਸ਼ਨ ਦਾ ਮਾਹੌਲ ਖਰਾਬ ਹੁੰਦਾ। ਇਸ ਕਰਕੇ ਅਸੀਂ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਸਾਹਮਣੇ ਇੱਕ ਪ੍ਰਪੋਜ਼ਲ ਰੱਖੀ ਕਿ ਤੁਸੀਂ ਆਓ, ਤੁਹਾਡਾ ਵੈਲਕਮ ਕੀਤਾ ਜਾਊਗਾ, ਬੈਠੋ, ਪਰ ਅਸੀਂ ਸਟੇਜ ਤੋਂ ਨਹੀਂ ਦੇਣਾ ਹੈਗਾ, ਤੁਸੀਂ ਆਪਣੀ ਲੈਟਰ ਪੈਡ ਦੇ ਉੱਤੇ ਲਿਖਤੀ ਸਮਰਥਨ ਦੇ ਕੇ ਜਾਓ, ਜਾਂ ਤੁਸੀਂ ਆਪਣੇ ਪਲੇਟਫਾਰਮ ਤੋਂ ਜਿਸ ਤਰ੍ਹਾਂ ਦੀ ਵੀ ਲੜਾਈ ਲੜੋ, ਪੰਜਾਬ ਦੇ ਲੋਕ ਉਸ ਲੜਾਈ ਨੂੰ ਯਾਦ ਰੱਖਣਗੇ। ਠੀਕ ਹੈ ਜਸਦੇਵ ਜੀ, ਹੁਣ ਜਵਾਬ ਦਿਓ, ਨਾਲੇ ਜਵਾਬ ਸ਼ਰਮਾ ਜੀ ਦੀ ਗੱਲ ਦਾ ਵੀ ਦਿਓ ਕਿ ਆਖਿਰਕਾਰ ਚੌਕੀਦਾਰ ਦੀ ਭੂਮਿਕਾ, ਜਿਹੜਾ ਸਵਾਲ ਮੈਂ ਵੀ ਪਹਿਲਾਂ ਕੀਤਾ ਸੀ, ਕਿੰਨੀ ਕੁ ਮੁਸਤੈਦੀ ਨਾਲ ਆਮ ਆਦਮੀ ਪਾਰਟੀ ਨਿਭਾ ਰਹੀ ਹੈ? ਜਿੱਥੇ ਤੱਕ ਚੌਕੀਦਾਰੀ ਦਾ ਸਵਾਲ ਹੈ, ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਐਜ਼ ਐਨ ਓਪੋਜੀਸ਼ਨ ਸਾਡੇ ਹੱਥ 'ਚ ਦਿੱਤਾ ਹੋਇਆ ਹੈ, ਜਿਹੜਾ ਜੋ ਮੈਂਡੇਟ ਬਕਾਇਦਾ ਇੱਕ ਓਪੋਜੀਸ਼ਨ ਪਾਰਟੀ ਦਾ ਦਿੱਤਾ ਹੋਇਆ, ਰੂਲਿੰਗ ਪਾਰਟੀ ਦਾ ਨੇ ਦਿੱਤਾ ਹੋਇਆ, ਅਤੇ ਐਜ਼ ਐਨ ਓਪੋਜੀਸ਼ਨ ਅਸੀਂ ਇਹਨਾਂ ਦੇ ਮੁੱਦੇ ਹਰ ਥਾਂ 'ਤੇ ਚੱਕ ਰਹੇ ਹਾਂ। ਜਿਵੇਂ ਇੱਥੇ ਹਰਦੀਪ ਜੀ ਨੇ ਕਿਹਾ ਕਿ ਵੀ ਹਾਂਜੀ ਸਿਰਫ ਇਹ ਲੈਟਰ ਪੈਡ ਦੀ ਗੱਲ ਕਰ ਰਹੇ, ਲੈਟਰ ਪੈਡ ਤਾਂ ਦੇਖੋ ਇੱਕ ਸਿਰਫ ਖਬਰਾਂ ਬਣਾਉਣ ਲਈ ਤਾਂ ਲੈਟਰ ਪੈਡ 2 ਮਿੰਟਾਂ 'ਚ ਤਿਆਰ ਹੋ ਜਾਏਗਾ, ਜਿਹਦੇ ਮਰਜ਼ੀ ਲੈਟਰ ਪੈਡ ਤੋਂ ਲੈ ਲਓ, ਪਰ ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਦਿਲੋਂ ਤੁਹਾਡੇ ਨਾਲ ਕੌਣ ਜੁੜਿਆ ਹੋਇਆ, ਇਹ ਵੀ ਤੁਹਾਨੂੰ ਆਪਣੇ ਆਪ ਡਿਫਰੈਂਸ਼ੀਏਟ ਕਰਨਾ ਪਏਗਾ ਕਿ ਅੱਜ ਜੇ ਕਿਸੇ ਪਾਰਟੀ ਦੇ MLA ਦੇ ਨਾਲ ਕਰਪਟ ਵਰਡ ਨਹੀਂ ਯੂਜ਼ ਹੁੰਦਾ ਤਾਂ ਕਿਹੜੀ ਪਾਰਟੀ ਹੈ, ਤੁਸੀਂ ਆਪ ਦੇਖਣਾ, ਠੀਕ ਹੈ ਨਾ। ਮੈਂ ਇੱਥੇ ਕੋਈ ਇਹ ਨਹੀਂ ਕਹਿਣ ਲੱਗਾ ਵੀ ਹਾਂ ਮੇਰੀ ਪਾਰਟੀ ਹੈ ਸਿਰਫ ਇਹਨੂੰ ਤੁਸੀਂ ਦੇਖੋ, ਤੁਸੀਂ ਆਪਣੇ ਆਪ ਦੇਖੋ ਕਿ ਹਾਂ ਅੱਜ ਦੀ ਡੇਟ 'ਚ ਇੱਕ MLA ਦੇ ਨਾਲ ਹਿੱਸੇਦਾਰੀ ਵਰਡ ਜਾਂ ਕਿਸੇ ਕਿਹੜੀ ਪਾਰਟੀ ਦੇ ਨਾਲ ਹਿੱਸੇਦਾਰੀ ਬਿਜ਼ਨਸਿਸ ਦੇ ਵਿੱਚ ਕਿਹੜੀ ਪਾਰਟੀ ਦੇ ਨਾਲ ਜੁੜਦਾ ਤੇ ਕਿਹੜੀ ਪਾਰਟੀ ਦੇ ਨਾਲ ਨਹੀਂ ਜੁੜਦਾ। ਅਸੀਂ ਤੁਹਾਡੇ ਨਾਲ ਦਿਲੋਂ ਹੈ ਜੁੜੇ ਹੋਏ ਹਾਂ, ਤੁਹਾਡਾ ਦਰਦ ਜੋ ਹੈ ਨਾ ਉਹ ਅਸੀਂ ਸਮਝ ਰਹੇ ਹਾਂ, ਐਂਡ ਅਸੀਂ ਉਹ ਸਰਕਾਰ ਤੱਕ ਪਹੁੰਚਾ ਰਹੇ ਹਾਂ। ਅਸੀਂ ਗਵਰਨਰ ਸਾਹਿਬ ਨੂੰ ਜਦੋਂ ਮਿਲੇ ਉਹਨਾਂ ਦੇ ਸਾਹਮਣੇ ਮੁੱਦਾ ਚੱਕਿਆ, ਅਸੀਂ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ, ਅਸੀਂ ਮੁਜ਼ਾਹਰੇ ਵੀ ਕੱਢੇ, ਤੁਹਾਡੇ ਤੋਂ ਅਲੱਗ ਹੋ ਕੇ ਕੱਢੇ, ਜਦੋਂ ਤੁਸੀਂ ਸਾਨੂੰ ਜੁਆਇਨ ਕਰਨ ਨੂੰ ਮਨਾ ਕਰਤਾ ਕਿ ਹਾਂਜੀ ਅਲਾਓ ਨਹੀਂ ਕੀਤਾ, ਅਸੀਂ ਤੁਹਾਡੇ ਤੋਂ ਅਲੱਗ ਹੋ ਕੇ ਵੀ ਕੱਢੇ ਤੁਹਾਡੀ ਸਾਰੀ ਹਿਸਟਰੀ। ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਐਜ਼ ਅ ਸਪੋਕਸ ਪਰਸਨ ਜਦੋਂ ਅਸੀਂ ਆਉਂਦੇ ਹਾਂ ਤੁਹਾਡੇ ਮੁੱਦੇ ਦੇ ਉੱਪਰ, ਅਸੀਂ ਪੂਰਾ ਆਪਣੇ ਆਪ ਨੂੰ ਤਿਆਰ ਕਰਕੇ ਆਉਂਦੇ ਹਾਂ, ਸਾਡਾ ਇੱਕ ਇੱਕ ਸਪੋਕਸ ਪਰਸਨ ਕਿ ਹਾਂਜੀ SSA, ਐਂਡ ਉਹਦੇ ਵਾਸਤੇ ਅਸੀਂ ਤੁਹਾਨੂੰ ਕਾਲ ਨਹੀਂ ਕਰਕੇ ਪੁੱਛਦੇ, ਆਪਣੇ ਆਪ ਰਿਸਰਚ ਕਰਦੇ ਹਾਂ, ਆਪਣੇ ਆਪ ਕੋਸ਼ਿਸ਼ ਕਰਦੇ ਕਿ ਤੁਹਾਡੇ ਮੁੱਦੇ ਕਦੋਂ, ਤੁਸੀਂ 2008-09 ਦੇ ਵਿੱਚ ਤੁਹਾਡੀ ਭਰਤੀਆਂ ਸ਼ੁਰੂ ਹੋਈਆਂ, ਕਿਵੇਂ ਹੌਲੀ ਹੌਲੀ ਤੁਹਾਡੀ ਤਨਖਾਹ ਵਧਾਈ ਗਈ, ਐਂਡ ਕਿੱਥੇ ਤੱਕ ਤੁਸੀਂ ਅੱਜ ਸੋਚ ਰਹੇ ਹੋ ਕਿ ਤੁਹਾਡੇ ਬੱਚਿਆਂ ਨੂੰ ਪ੍ਰੋਬਲਮ ਹੈ, ਉਹ ਅਸੀਂ ਆਪ ਫੀਲ ਕਰਦੇ ਹਾਂ। ਇਸ ਕਰਕੇ ਅਸੀਂ ਤੁਹਾਨੂੰ ਇੱਕ ਗੱਲ ਦਾ ਪੱਕਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਦਿਲੋਂ ਤੁਹਾਡੇ ਨਾਲ ਹਾਂ, ਤੁਹਾਨੂੰ ਜੇ ਕਿਸੇ ਮੁਜ਼ਾਹਰੇ 'ਚ ਵੀ ਲੋੜ ਹੋਏਗੀ, ਜੇ ਤੁਸੀਂ ਅਲਾਓ ਕਰਾਂਗੇ ਤੇ ਅਸੀਂ ਤੁਹਾਨੂੰ ਉੱਥੇ ਵੀ ਜੁਆਇਨ ਕਰਾਂਗੇ। ਐਂਡ ਇੱਥੇ ਠੀਕ ਹੈ ਸ਼ਰਮਾ ਜੀ ਅਕਾਲੀ ਦਲ ਵੱਲੋਂ ਬੈਠੇ ਹੋਏ ਆ, ਮੈਂ ਇਸ ਵੇਲੇ ਕਿਉਂਕਿ ਇਹ ਮੁੱਦਾ ਸ਼ਰਮਾ ਜੀ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਇਹ ਮੁੱਦਾ ਇਸ ਵੇਲੇ ਪੰਜਾਬ ਦਾ ਹੈ, ਲੋਕੀ ਜਿਹੜੇ ਤਰਾਸਦੀ ਨਾਲ ਜੂਝ ਰਹੇ ਹੈ ਉਹਨਾਂ ਦਾ ਮੁੱਦਾ, ਤੇ ਇਹ ਦੁਸ਼ਮਣਬਾਜ਼ੀ ਦਾ ਟਾਈਮ ਨਹੀਂ ਹੈ। ਪਰ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਅਸੀਂ ਤੁਹਾਡੇ ਨਾਲ ਹਾਂ, ਪਰ ਅਸੀਂ ਇਸ ਸਰਕਾਰ ਦਾ ਜੋ ਇੱਕ ਬਿਹੇਵੀਅਰ ਹੈ, ਭਾਵੇਂ ਅਸੀਂ ਕਿਸਾਨੀ ਨੂੰ ਲੈ ਲਈਏ ਜਾਂ ਭਾਵੇਂ ਅਸੀਂ ਟੀਚਰਸ ਨੂੰ ਲੈ ਲਈਏ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਕਿ ਹਰ ਇੱਕ ਚੀਜ਼ ਕਿਵੇਂ ਸਿਆਸੀ ਲਾਹੇ ਵਾਸਤੇ ਵਰਤੀ ਜਾਂਦੀ ਹੈ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਭਾਜਪਾ ਦਾ ਦੇ ਦਿੰਦਾ ਕਿ ਸੈਂਟਰ ਦੇ ਵਿੱਚ ਨਵੰਬਰ ਤੱਕ ਅਰੁਣ ਜੇਟਲੀ ਜੀ ਦਾ ਇੱਕ ਬਕਾਇਦਾ ਇੱਕ ਸਟੇਟਮੈਂਟ ਸੀਗੀ ਕਿ ਕਿਸਾਨਾਂ ਨੂੰ ਉਹਨਾਂ ਵੱਲੋਂ ਕੋਈ ਵੀ ਚੀਜ਼ ਇੱਦਾਂ ਫ੍ਰੀ ਦੇ ਵਿੱਚ ਜਾਂ ਇੱਕ ਕੋਈ ਕਰਜ਼ਾ ਮਾਫੀ ਨਹੀਂ ਦੇਣੀ। ਪਰ ਜਦੋਂ ਦਸੰਬਰ ਦੇ ਵਿੱਚ 5 ਸਟੇਟਸ ਦੇ ਵਿੱਚ ਭਾਜਪਾ ਹਾਰ ਗਈ ਤੇ ਹੁਣ ਜਿਹੜਾ ਬਜਟ ਆ ਗਿਆ, ਬਜਟ ਦੇ ਵਿੱਚ ਤੁਸੀਂ ਦੇਖੋ ਉਹਨਾਂ ਨੇ 6,000 ਰੁਪਏ ਕਹਿਤੇ, ਹਾਲਾਂਕਿ ਉਹ ਕੁਛ ਵੀ ਨਹੀਂ ਹੈ। ਏਦਾਂ ਹੀ ਤੁਸੀਂ ਮਨਪ੍ਰੀਤ ਬਾਦਲ ਜੀ ਦੀ ਸਟੇਟਮੈਂਟ ਲੈ ਲਓ, ਪਿਛਲੇ 2 ਸਾਲ ਤੋਂ ਉਹਨਾਂ ਦੀ ਇੱਕ ਰੈਗੂਲਰ ਸਟੇਟਮੈਂਟ ਹੈ ਕਿ ਪੰਜਾਬ ਦੇ ਕੋਲ ਕੁਛ ਨਹੀਂ ਹੈ, ਪੰਜਾਬ ਡੁੱਬਿਆ ਹੋਇਆ, ਅਸੀਂ ਕੁਛ ਨਹੀਂ ਦੇ ਸਕਦੇ। ਪਰ ਤੁਸੀਂ ਪਿਛਲੇ ਇੱਕ ਹਫ਼ਤੇ ਤੋਂ ਮਨਪ੍ਰੀਤ ਬਾਦਲ ਜੀ ਦੀ ਸਟੇਟਮੈਂਟ ਦੇਖ ਲਓ, ਉਹਨਾਂ ਦੀ ਸਟੇਟਮੈਂਟ ਕੀ ਆ ਰਹੀ ਹੈ ਕਿ ਵੀ ਹਾਂਜੀ ਹੁਣ ਸਾਡੇ ਨਾਲ ਹਾਲਾਤ ਠੀਕ ਹੋ ਗਏ ਹੈ, ਦੇਖਣਾ ਬਹੁਤ ਵਧੀਆ ਬਜਟ ਆਏਗਾ। ਇਹ ਕਿਉਂ ਹੋ ਰਿਹਾ? ਇਹ ਦੇਖੋ ਹੁਣ 2019 ਦੀ ਇਲੈਕਸ਼ਨਾਂ ਬਿਲਕੁਲ ਸਿਰ ਤੇ ਹੈ, ਹੁਣ ਜਿਵੇਂ ਭਾਜਪਾ ਨੇ ਸੈਂਟਰ ਦੇ ਵਿੱਚ ਮਤਲਬ ਉਹ ਦੇਣੀ ਸ਼ੁਰੂ ਕਰਤੀਆਂ ਸਕੀਮਾਂ ਜੀਆਂ, 6,000 ਰੁਪਏ ਦੇਣਾ ਸ਼ੁਰੂ ਕਰਤਾ, ਏਦਾਂ ਹੀ ਇਹ ਇਹਨਾਂ ਦੀ ਸਰਕਾਰ ਕਾਂਗਰਸ ਦੀ ਹੁਣ ਕੋਸ਼ਿਸ਼ ਕਰ ਰਹੀ ਹੈ 2019 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਬਜਟ ਦੇਵੇ ਉਹ ਚੰਗਾ ਦੇਵੇ।
ਪਰ ਫਿਰ ਵੀ ਜੋ ਅਸਲੀ ਜਿੱਥੇ ਬਜਟ ਜਿੱਥੇ ਸਰਕਾਰ ਨੂੰ ਪੈਸਾ ਖਰਚਣਾ ਚਾਹੀਦਾ ਉਹ ਜਿਵੇਂ ਕਿ ਟੀਚਰ ਦੇ ਅੰਦੋਲਨ ਵਾਸਤੇ ਕਿਸਾਨਾਂ ਵਾਸਤੇ ਇਹਨਾਂ ਨੂੰ ਰੈਗੂਲਰ ਕਰਨ ਵਾਸਤੇ ਇਹਨਾਂ ਥਾਵਾਂ ਤੇ ਇਹ ਸਰਕਾਰ ਪੈਸਾ ਨਹੀਂ ਖਰਚ ਕਰ ਰਹੀ। ਜਸਤੇਜ ਜੀ ਸਾਰੀਆਂ ਗੱਲਾਂ ਤੁਹਾਡੀਆਂ ਮੈਂ ਮੰਨ ਗਿਆ, ਮੈਂ ਅਖੀਰਲਾ ਕਮੈਂਟ ਤੁਹਾਡੇ ਤੋਂ ਲੈ ਕੇ ਫਿਰ ਨਛੱਤਰ ਜੀ ਕੋਲ ਜਾਵਾਂਗਾ। ਤੁਸੀਂ ਕਿਹਾ ਕਿ ਆਪਣੇ ਹਿਸਾਬ ਨਾਲ ਬਿਆਨ ਆਉਂਦੇ, ਅਰੁਣ ਜੇਟਲੀ ਨੇ ਪਹਿਲਾਂ ਕੀ ਕਿਹਾ ਸੀ ਹੁਣ ਕੀ ਕਹਿੰਦੇ ਨੇ, ਮਨਪ੍ਰੀਤ ਬਾਦਲ ਪਹਿਲਾਂ 2 ਸਾਲ ਤੋਂ ਕਹਿ ਰਹੇ ਨੇ ਖਜ਼ਾਨਾ ਖਾਲੀ ਨੇ, ਹੁਣ ਕਹਿੰਦੇ ਜੀ ਪੈਸਾ ਹੈਗਾ। ਬਿਜਲੀ ਦਾ ਮਸਲਾ ਜਾਂ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਕੋਈ ਅੱਜ ਤੋਂ ਨਹੀਂ ਵਧੇ, ਪਿਛਲੇ 1 ਸਾਲ 'ਚ ਤੁਹਾਨੂੰ ਵੀ ਪਤਾ ਕਿੰਨੀ ਵਾਰੀ ਵਧੀ ਨੇ। ਆਮ ਆਦਮੀ ਪਾਰਟੀ ਨੇ ਹੁਣ ਕਿਉਂ ਇਹ ਮਸਲਾ ਚੁੱਕਿਆ? ਕਿ ਉਹਨਾਂ ਨੂੰ ਨਹੀਂ ਲੱਗਦਾ ਲੋਕ ਸਭਾ ਚੋਣਾਂ ਨੇੜੇ ਹੈਗੀਆਂ? ਕਿ ਤੁਹਾਨੂੰ ਨਹੀਂ ਲੱਗਦਾ? ਇਹ ਤਾਂ ਸਿਆਸਤ ਹੈ, ਜਿਸ ਵੇਲੇ ਜਿਸ ਨੂੰ ਜੋ ਮਸਲਾ ਆਪਣੇ ਹਿਸਾਬ ਨਾਲ ਸੂਟ ਕਰ ਜਾਏ ਮਸਲਾ ਉਹੀ ਹੁੰਦਾ ਜੋ ਸੂਟ ਕਰ ਜਾਏ। ਦੇਖੋ ਬਿਜਲੀ ਦੇ ਉੱਪਰ ਤੁਸੀਂ ਪਿਛਲੇ ਭਾਵੇਂ ਸਾਡੀ ਐਜੀਟੇਸ਼ਨ ਦੇਖ ਲਓ, ਬਿਜਲੀ ਦਾ ਮੁੱਦਾ ਅਸੀਂ ਬਾਰ ਬਾਰ ਚੱਕ ਰਹੇ ਹਾਂ, ਬਟ ਇਸ ਵੇਲੇ ਤੁਸੀਂ ਦੇਖੋ ਕਿ ਬਿਜਲੀ ਦੇ ਰੇਟਸ ਕਿੱਥੇ ਦੇ ਪਹੁੰਚ ਗਏ। ਠੀਕ ਹੈ, ਐਂਡ ਕੁਝ ਚੀਜ਼ਾਂ ਸਾਡੀ ਨੌਲੇਜ ਦੇ ਵਿੱਚ 3 ਮਹੀਨੇ ਚ ਰੇਟ ਵਧੇ ਹੁਣ ਆਈਆਂ ਕਿ ਵੀ ਹਾਂਜੀ ਜਸਤੇਜ ਜੀ ਨਹੀਂ ਰੇਟ 2 ਸਾਲ ਤੋਂ ਵੱਧ ਰਹੇ ਨੇ। 1 ਮਿੰਟ ਜਸਤੇਜ ਜੀ ਰੇਟ ਲਗਭਗ 2 ਸਾਲ ਤੋਂ ਵੱਧ ਰਹੇ ਨੇ, ਪਿਛਲੇ 2 ਜਾਂ 2.5 ਮਹੀਨੇ 'ਚ ਕਿੰਨੇ ਰੇਟ ਵਧੇ ਮੈਨੂੰ ਇੱਕ ਵਾਰੀ ਦੱਸੋਗੇ ਕਿੰਨੀ ਵਾਰੀ ਵਧੇ ਨੇ? ਉਹ 2.5 ਮਹੀਨੇ ਪਹਿਲੇ ਕਿਉਂ ਨਹੀਂ ਯਾਦ ਆਈ? ਲੋਕ ਸਭਾ ਚੋਣਾਂ ਤੋਂ 2 ਮਹੀਨੇ ਪਹਿਲੇ ਕਿਉਂ ਯਾਦ ਆਇਆ ਆਮ ਆਦਮੀ ਪਾਰਟੀ ਨੂੰ ਵੀ? ਕਿਉਂਕਿ ਮਸਲਾ ਹੈ ਜਿਹੜਾ ਸੂਟ ਕਰ ਜੇ। ਦੇਖੋ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਆਪਣੇ ਪ੍ਰੈਸ ਨੋਟ ਵੀ ਚੈੱਕ ਕਰ ਲਓ, ਅਸੀਂ ਬਾਰ ਬਾਰ ਇਹ ਮੰਗ ਚੱਕੀ ਹੈ, ਹਰ ਮੁੱਦੇ ਦੇ ਉੱਪਰ ਚੱਕੀ ਹੈ। ਜਦੋਂ ਇਹਨਾਂ ਨੇ ਰੂਰਲ ਡਿਵੈਲਪਮੈਂਟ ਫੀਸ ਵਧਾਈ, ਜਦੋਂ ਇਹਨਾਂ ਨੇ ਮਾਰਕੀਟ ਫੀ ਵਧਾਈ ਅਸੀਂ ਉਦੋਂ ਵੀ ਮੁੱਦਾ ਚੱਕਿਆ, ਜਦੋਂ ਇਹਨਾਂ ਨੇ ਬੱਸਾਂ ਦੇ ਕਿਰਾਏ ਵਧਾਏ ਅਸੀਂ ਉਦੋਂ ਵੀ ਚੱਕਿਆ, ਬਿਜਲੀ ਦਾ ਵਧਾਇਆ ਉਦੋਂ ਵੀ ਚੱਕਿਆ। ਤੇ ਹੁਣ ਇਸ ਵੇਲੇ ਕੀ ਲੋੜ ਹੈ ਕਿ ਦੇਖੋ ਇੱਕ ਆਪੋਜੀਸ਼ਨ ਦਾ ਕੰਮ ਕੀ ਹੁੰਦਾ, ਕਿ ਜੇ ਕਾਮਨ ਮੈਨ ਦੇਖੋ ਫੋਰ ਐਗਜ਼ਾਮਪਲ ਇੱਕ ਗਰੁੱਪ ਦੇ ਉੱਪਰ ਇਹ ਕੋਈ ਭਾਰ ਪਾ ਦਿੰਦੇ ਆ ਡਾਕਟਰਸ ਦੇ ਉੱਪਰ, ਤੇ ਡਾਕਟਰਸ ਦਾ ਇੱਕ ਸੰਗਠਨ ਹੈ, ਯੂਨੀਅਨ ਹੈ, ਟੀਚਰਸ ਦਾ ਇੱਕ ਯੂਨੀਅਨ ਹੈ, ਇੰਪਲੋਈਜ਼ ਦਾ ਇੱਕ ਯੂਨੀਅਨ ਹੈ, ਪਰ ਜਦੋਂ ਸਾਰਿਆਂ ਦੇ ਉੱਪਰ ਇਕੱਠਾ ਭਾਰ ਪਾ ਦਿੱਤਾ ਇਹਨਾਂ ਨੇ ਬਿਜਲੀ ਦਾ, ਤੇ ਇੱਕ ਦੂਜੇ ਦੀ ਵਿਚਾਰੇ ਜਨਤਾ ਜਿਹੜੀ ਸ਼ਕਲ ਦੇਖਦੀ ਹੈ ਕਿ ਯਾਰ ਇਹ ਤਾਂ ਮੇਰੇ ਤੇ ਵੀ ਪੈ ਗਿਆ ਤੇਰੇ ਤੇ ਵੀ ਪੈ ਗਿਆ, ਹੁਣ ਉਹ ਉੱਥੇ ਜੋ ਨਿਆਣੇ ਕਾਂਗਰਸ ਵਾਲੇ ਨੇ, ਨਾ ਭਾਜਪਾ ਅਕਾਲੀ ਦਲ ਨੇ, ਤੇ ਨਾ ਆਪ ਵਾਲੇ ਨੇ। ਗੱਲ ਤਾਂ ਨੇਕ ਨੀਤੀ ਦੀ ਹੈ, ਉਹ ਕੋਈ ਅਸੀਂ ਐਜੀਟੇਸ਼ਨਾਂ ਕਰਕੇ ਨਹੀਂ ਸਮਝਾਉਣਾ ਹੁੰਦਾ ਜਾਂ ਉਹਨਾਂ ਨੂੰ ਵਾਅਦੇ ਯਾਦ ਕਰਾਉਣੇ, ਉਹਨੂੰ ਸਭ ਕੁਛ ਪਤਾ। ਇਹਦਾ ਸਿਰਫ ਸਾਨੂੰ ਦੱਸਣਾ ਪੈਂਦਾ ਕਿ ਹੁਣ ਅਸੀਂ ਇੰਨੇ ਦੁਖੀ ਹੋ ਗਏ ਹਾਂ, ਸਾਡੀ ਸੁਣੋ ਤਾਂ ਕਿ ਸੁਣਿਆ ਜਾਵੇ, ਸਾਨੂੰ ਕੋਈ ਫੈਸਲਾ ਹੋ ਜਾਵੇ। ਅਦਰਵਾਈਜ਼ ਅਗਰ ਨੀਅਤ ਸਾਫ਼ ਹੋਵੇ ਤਾਂ ਸਾਰੀ ਪਾਰਟੀਆਂ ਨੂੰ ਸਾਰੇ ਹਾਲਾਤ ਪਤਾ ਹੁੰਦਾ, ਅਤੇ ਜਿਹੜੀ ਵੀ ਪਾਰਟੀ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਪਾਵਰ 'ਚ ਆਉਂਦੀ ਹੈ, ਬੜੇ ਵਾਅਦੇ ਕਰਦੀ ਹੈ, ਉਹ ਕੋਈ ਆਪਣੇ ਵਾਅਦਿਆਂ ਤੋਂ ਭੁੱਲਦੀ ਨਹੀਂ ਹੁੰਦੀ। ਬਸ ਗੱਲ ਤਾਂ ਇਹ ਹੈ ਕਿ ਜਦੋਂ ਕੁਰਸੀ ਹੇਠ ਆ ਜਾਂਦੀ ਹੈ ਫਿਰ ਉਹ ਕੁਰਸੀ ਦੇ ਬਿਠਾਉਣ ਵਾਲਿਆਂ ਨੂੰ ਭੁੱਲ ਜਾਂਦੀ ਹੈ, ਤੇ ਇੱਕ ਦੂਜੇ ਨੂੰ ਜਿਹੜੇ ਥੱਲੇ ਹੁੰਦੇ ਨੇ ਉਹ ਉਹਨਾਂ ਦੀਆਂ ਕੁਰਸੀ ਹੈ ਤੇ ਜਿਹੜੀ ਸਾਰਾ ਕੁਝ ਕਰਦੀ ਹੈ। ਖੈਰ ਮੈਂ ਤੁਹਾਡੀ ਗੱਲ ਸਮਝ ਗਿਆ ਕਿ ਆਪ ਪਹੁੰਚਣ ਦੀ ਗੱਲ ਕਰਦੇ ਨੇ। ਨਛੱਤਰ ਸਿੰਘ ਜੀ ਮੈਂ ਤੁਹਾਡੀ ਗੱਲ ਸਮਝ ਗਿਆ, ਬਹੁਤ ਬਹੁਤ ਧੰਨਵਾਦ, ਕਿਉਂਕਿ ਸਮਾਂ ਇਜਾਜ਼ਤ ਹੀ ਦੇ ਰਿਹਾ। ਕੌਲ ਸਾਹਿਬ, ਨਛੱਤਰ ਸਿੰਘ ਜੀ, ਹਰਦੀਪ ਜੀ, ਹਰਦੀਪ ਜੀ ਤੇ ਜਸਤੇਜ ਜੀ ਔਰ ਕਿਸ਼ਨ ਪਾਲ ਜੀ, ਲੇਕਿਨ ਸਵਾਲ ਵੱਡਾ ਬਰਕਰਾਰ ਹੈ ਕਿ ਆਖਿਰਕਾਰ ਪੰਜਾਬ ਕਿਉਂ ਧਰਨਿਆਂ ਦੀ ਧਰਤੀ ਬਣਦਾ ਜਾ ਰਿਹਾ? ਖੈਰ ਇਸ ਤੋਂ ਵੀ ਵੱਡਾ ਸਵਾਲ ਹੈ ਜੋ ਚਰਚਾ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ, ਜੋ ਸੂਟ ਕਰੇ ਮਸਲਾ ਉਹੀ ਹੁੰਦਾ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।